ਜਿਹੜੀਆਂ ਕੌਮਾਂ ਦਾ ਕੋਈ ਸੱਭਿਆਚਾਰ ਨਹੀਂ ਹੁੰਦਾ ਉਹ ਲੰਬੀ ਉਮਰ ਨਹੀਂ ਭੋਗਦੀਆਂ, ਲੇਕਿਨ ਸਾਡੀਆਂ ਜੜ੍ਹਾਂ ਪਤਾਲ 'ਚ ਲੱਗੀਆਂ ਹੋਈਆਂ ਨੇ ਅਤੇ ਅਸੀਂ ਇਸ ਨੂੰ ਪ੍ਰਮੋਟ ਕਰਨਾ, ਸਾਡੀ ਇਹ ਡਿਊਟੀ ਬਣਦੀ ਹੈ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਕਿ ਵੈਸਟਰਨ ਵਰਲਡ ਦੇ ਵਿੱਚ ਜਾਂ ਕੁਝ ਹਾਲਤਾਂ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੇ ਨਵੇਂ ਬੱਚੇ ਰੋਮਨ 'ਚ ਲਿਖਦੇ ਨੇ ਉਹ ਪੰਜਾਬੀ ਨੂੰ ਉਸ ਪੂਰਨ ਤਰੀਕੇ ਨਾਲ ਨਹੀਂ ਲਿਖ ਪਾਉਂਦੇ ਜਿਸ ਤਰ੍ਹਾਂ ਉਹਦਾ ਪ੍ਰੋਨਾਂਸੀਏਸ਼ਨ ਹੁੰਦਾ, ਜਿਸ ਤਰ੍ਹਾਂ ਉਹ ਬੋਲ ਨਹੀਂ ਸਕਦੇ, ਭੱਬਾ ਉਹਨਾਂ ਲਈ ਬੋਲਣਾ ਬਹੁਤ ਮੁਸ਼ਕਲ ਹੈ। ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਨੂੰ ਵੀ ਇਸ ਤਰ੍ਹਾਂ ਹੀ ਜ਼ਿਆਦਾ ਸੀਰੀਅਸ ਨਾਲ ਲੈ ਕੇ ਹਲਕੀਆਂ ਫੁਲਕੀਆਂ ਉਹ ਜਿਹੀਆਂ ਗੱਲਾਂ ਬਾਤਾਂ ਕਰਕੇ ਇਸ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਜਾਵੇ ਤਾਂ ਕਿ ਸਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣਗੇ। ਜਿਹੜੀ ਯੰਗ ਜਨਰੇਸ਼ਨ ਹੈ ਜਿਹੜੀ ਹੁਣ AI ਮੈਟਾ ਟਵਿੱਟਰ ਸੋਸ਼ਲ ਮੀਡੀਆ 'ਤੇ ਹੈ ਉਹ ਕੁਛ ਹੋਰ ਹੀ ਫੋਲੋ ਕਰ ਰਹੀ ਹੈ, ਉਹਨਾਂ ਨੂੰ ਕੀ ਇੱਕ ਮੈਸੇਜ ਤੁਹਾਡਾ ਕੀ ਸੁਨੇਹਾ ਹੈ? ਇੱਕ ਭਰਮ ਭ੍ਰਾਂਤੀ ਇਹ ਪੈਦਾ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਮਾਡਰਨ ਯੁੱਗ ਦੇ ਵਿੱਚ ਬਹੁਤ ਤਰੱਕੀ ਕਰਨੀ ਹੈ ਤਾਂ ਤੁਹਾਨੂੰ ਹਰ ਹਾਲਤ ਵਿੱਚ ਸਿਰਫ ਅੰਗਰੇਜ਼ੀ ਪੜ੍ਹਨ ਦੀ ਲੋੜ ਹੈ, ਉਹਦਾ ਮਾਂ ਬੋਲੀ ਨਾਲ ਪੰਜਾਬੀ ਜਾਂ ਹਿੰਦੀ ਜਾਂ ਹੋਰ ਉਰਦੂ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਹੈ। ਡਾਕਟਰ ਦਲਵੀਰ ਸਿੰਘ ਕਥੂਰੀਆ ਅਤੇ ਉਹਨਾਂ ਦੇ ਪੂਰਾ ਜਿਹੜਾ ਪਰਿਵਾਰ, ਉਹਨਾਂ ਦਾ ਜਿਹੜਾ ਸਭਾ ਜਿਹੜੀ ਆ ਉਹ ਵਧਾਈ ਦੇ ਹੱਕਦਾਰ ਆ ਜਿਨ੍ਹਾਂ ਨੇ ਅਜਿਹਾ ਵੱਡਾ ਕਾਰਜ ਰਚਾਇਆ। ਗੁਰੂ ਗ੍ਰੰਥ ਸਾਹਿਬ ਹੈ ਪਰ ਗੁਰੂ ਗ੍ਰੰਥ ਨੂੰ ਪੜ੍ਹਨ ਵਾਲਾ ਕਿਹੜਾ ਬਚੇਗਾ? ਜੇ ਸਾਡੀ ਬੋਲੀ ਨਾ ਬਚੀ, ਸਾਡੇ ਬੱਚਿਆਂ ਨੇ ਬੋਲੀ ਸਿੱਖੀ ਨਾ, ਅਗਲੀ ਪੀੜ੍ਹੀ ਤੱਕ ਗਈ ਨਾ, ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਕੀ ਫਾਇਦਾ ਹੋਇਆ ਜਿਹੜੀ ਐਡੀ ਰੱਬੀ ਬਾਣੀ ਗੁਰੂ ਸਾਹਿਬ ਸਾਡੇ ਰਚ ਕੇ ਗਏ। ਵਿਸ਼ਵ ਪੰਜਾਬੀ ਸਭਾ ਵੱਲੋਂ ਈਵਨ ਜਿਹੜੇ ਲੋਕਾਂ ਨੂੰ ਸਪੋਂਸਰ ਕੀਤਾ ਜਾਂਦਾ ਉੱਥੋਂ ਆਉਣ ਵਾਸਤੇ ਸਪੋਂਸਰ ਭੇਜੀ ਜਾਂਦੀ, ਕਿਸੇ ਕੋਲ ਪੈਸਾ ਨਹੀਂ ਲਿਆ ਜਾਂਦਾ। ਵਿਸ਼ਵ ਪੰਜਾਬੀ ਸਭਾ ਦੇ ਮੈਂਬਰ ਬਣਨ ਵਾਸਤੇ 1 ਰੁਪਿਆ ਫੀਸ ਨਹੀਂ ਹੈ, ਨਾ ਇੰਡੀਆ ਵਿੱਚ ਨਾ ਇੱਥੇ। ਵਿਸ਼ਵ ਪੰਜਾਬੀ ਸਭਾ ਦਾ 3 ਦਿਨਾਂ ਪ੍ਰੋਗਰਾਮ 'ਤੇ ਡਾਕਟਰ ਪ੍ਰਭਸ਼ਰਨ ਕੌਰ ਸਾਡੇ ਕੋਲ ਨੇ, ਜਿਹੜਾ ਦਾ ਚਿਹਰਾ ਤੁਸੀਂ ਜਾਣਿਆ ਪਛਾਣਿਆ, ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਔਰ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਨਾਮ ਹੈ। ਡਾਕਟਰ ਪ੍ਰਭਸ਼ਰਨ ਕਿਵੇਂ ਦੇਖਦੇ ਨੇ 3 ਦਿਨਾਂ ਦੀ ਕਾਨਫਰੰਸ 'ਚ? ਮੈਂ ਦੇਖ ਰਿਹਾ ਸੀ ਤੁਹਾਡੇ ਜਿਹੜੀ ਤੁਹਾਡੀ ਥਾਪੀ ਸੀ ਉਹ ਨਾਟਕਕਾਰ ਡਾਕਟਰ ਅਮਰਜੀਤ ਸਿੰਘ ਦੀ ਇੱਕ ਬਲੈਸਿੰਗ ਸੀਗੀ, ਤੁਸੀਂ ਉਹਨਾਂ ਨੂੰ ਸ਼ਾਬਾਸ਼ ਦੇ ਰਹੇ ਸੀ ਕਿ 3 ਦਿਨਾਂ ਲਈ ਐਡੀ ਵੱਡੀ ਸ਼ਖਸੀਅਤ, ਅਤੇ ਤੁਹਾਡਾ ਇੰਨਾ ਰੁਝੇਵਾਂ, ਇਸ ਦੇ ਬਾਵਜੂਦ ਤੁਹਾਡਾ ਕੀ ਓਪੀਨੀਅਨ? ਦੇਖੋ ਸਾਡੇ ਕੋਲ ਵੀ ਇਹੋ ਜਿਹੀਆਂ ਹੀ ਸੰਸਥਾਵਾਂ ਜਾਂ ਪਲੇਟਫਾਰਮ ਹੁੰਦੇ ਨੇ ਜਿੱਥੇ ਜਾ ਕੇ ਅਸੀਂ ਆਪਣੀ ਗੱਲਬਾਤ ਕਰ ਸਕਦੇ ਹਾਂ। ਮਤਲਬ ਇਸ ਸਾਰੀ ਜ਼ਿੰਦਗੀ ਭਰ ਦੇ ਤਜਰਬੇ ਤੋਂ ਸਾਡੀ ਉਮਰ ਦਾ ਹੁਣ ਉਹ ਪੜਾਅ ਹੈ ਜਿੱਥੇ ਉਹ ਸਾਰਾ ਕੁਛ ਅਸੀਂ ਬੱਚਿਆਂ ਦੇ ਵਿੱਚ ਆਪਣੀਆਂ ਯੰਗਰ ਜਨਰੇਸ਼ਨ ਦੇ ਵਿੱਚ ਵਰਤਾ ਸਕੀਏ। ਸੋ ਸਾਨੂੰ ਸੰਕੋਚ ਹੀ ਨਹੀਂ ਕਰਨਾ ਚਾਹੀਦਾ, ਜਿੱਥੇ ਵੀ ਕੋਈ ਕਾਨਫਰੰਸ ਹੋਏ, ਜਿੱਥੇ ਵੀ ਕੋਈ ਸੈਮੀਨਾਰ ਹੋਏ, ਜਿੱਥੇ ਕੋਈ ਮੇਲਾ ਹੋਏ, ਜਿੱਥੇ ਕੋਈ ਗੱਲ ਕਰਨ ਦੀ ਥਾਂ ਹੋਵੇ, ਉੱਥੇ ਸਾਨੂੰ ਆਪਣੇ ਸੁਨੇਹ ਜਾ ਕੇ ਬੱਚਿਆਂ ਤਾਂ ਹੀ ਪਹੁੰਚਾਉਣੇ ਚਾਹੀਦੇ ਨੇ। ਔਰ ਮੈਂ ਹਮੇਸ਼ਾ ਹੀ ਕਹਿੰਦੀ ਰਹਿੰਦੀ ਹਾਂ ਆਪਣੇ ਬੱਚਿਆਂ ਨੂੰ ਕਿ ਤੁਸੀਂ ਬੇਸ਼ੱਕ ਥੋੜ੍ਹਾ ਕੰਮ ਕਰੋ ਲੇਕਿਨ ਇੱਕ ਵਧੀਆ ਅਤੇ ਸਹੀ ਕੰਮ ਕਰੋ, ਆਪਣੇ ਸੱਭਿਆਚਾਰ ਨੂੰ ਤੁਸੀਂ ਪ੍ਰਮੋਟ ਕਰੋ, ਤੁਹਾਡਾ ਜਿਹੜਾ ਪੈਸ਼ਨ ਹੈ ਉਹ ਤੁਹਾਡੇ ਪ੍ਰੋਫੈਸ਼ਨ ਦੇ ਉੱਪਰ ਭਾਰੂ ਹੋਣਾ ਚਾਹੀਦਾ, ਤਾਂ ਤੁਸੀਂ ਆਪਣੀ ਗੱਲਬਾਤ ਜਿਹੜੀ ਹੈਗੀ ਉਹ ਸਾਰੀ ਸਹੀ ਤਰੀਕੇ ਨਾਲ ਕਰ ਸਕਦੇ ਹੁੰਦੇ ਹੋ। ਔਰ ਅੱਜ ਇੱਥੇ ਆਪਣੀ ਮਾਂ ਬੋਲੀ ਦੇ ਲਈ, ਪੰਜਾਬੀ ਭਾਸ਼ਾ ਦੇ ਲਈ ਪੂਰਾ ਇਹ ਜਿਹੜਾ 3 ਦਿਨ ਦਾ ਆਪਣਾ ਕਾਨਫਰੰਸ ਇਹ ਚੱਲੀ ਹੈ। ਔਰ ਮੈਂ ਸੱਭਿਆਚਾਰ ਦੇ ਸੰਦਰਭ 'ਚ ਗੱਲ ਕਰਦੀ ਹਾਂ ਕਿ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਨੇ ਸਾਡੇ ਲੋਕ ਗੀਤਾਂ ਦੇ ਵਿੱਚ ਜਿਹੜੇ ਸ਼ਬਦਾਂ ਦਾ ਟਿਕਾਓ ਕੀਤਾ, ਜਿੱਥੇ ਜਿੱਥੇ ਉਹਨਾਂ ਨੇ ਆਪਣੇ ਲੋਕ ਗੀਤਾਂ 'ਚ ਬਹੁਤ ਖੂਬਸੂਰਤੀ ਦੇ ਨਾਲ ਪੰਜਾਬੀ ਮਾਂ ਬੋਲੀ ਪੰਜਾਬੀ ਅੱਖਰ ਟਿਕਾਏ ਨੇ, ਉਹ ਉਹਨਾਂ ਦੇ ਬਹੁਤ ਵੱਡੀ ਕਵਿੱਤਰੀ ਹੋਣ ਦਾ ਪ੍ਰਤੀਕ ਨੇ।
ਸੋ ਮੈਂ ਕਹਿੰਦੀ ਹਾਂ ਕਿ ਆਪਣੇ ਸੱਭਿਆਚਾਰ ਨੂੰ ਨਾਲ ਲੈ ਕੇ ਚੱਲੋ, ਸੱਭਿਆਚਾਰ ਹੀ ਸਾਨੂੰ ਜਿਉਂਦਾ ਰੱਖੂਗਾ। ਜਿਹੜੀਆਂ ਕੌਮਾਂ ਦਾ ਕੋਈ ਸੱਭਿਆਚਾਰ ਨਹੀਂ ਹੁੰਦਾ ਉਹ ਲੰਬੀ ਉਮਰ ਨਹੀਂ ਭੋਗਦੀਆਂ, ਲੇਕਿਨ ਸਾਡੀਆਂ ਜੜ੍ਹਾਂ ਪਤਾਲ 'ਚ ਲੱਗੀਆਂ ਹੋਈਆਂ ਨੇ ਅਤੇ ਅਸੀਂ ਇਸ ਨੂੰ ਪ੍ਰਮੋਟ ਕਰਨਾ, ਸਾਡੀ ਇਹ ਡਿਊਟੀ ਬਣਦੀ ਹੈ। ਮੈਂ ਬਹੁਤ ਖੁਸ਼ ਹੋਈ ਹਾਂ ਇੱਥੇ ਆ ਕੇ ਸਾਰਿਆਂ ਨੂੰ ਮਿਲ ਕੇ, ਔਰ ਬਹੁਤ ਪਿਆਰ ਸਤਿਕਾਰ ਮਿਲਿਆ। ਕਥੂਰੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਪ੍ਰਭਸ਼ਰਨ, ਮਤਿਆਂ ਨੂੰ ਕਿਵੇਂ ਦੇਖਦੇ ਨੇ, ਜਿਹੜੇ 6 ਮਤੇ ਪਾਸ ਕੀਤੇ ਨੇ ਉਹਦੇ 'ਚ ਕੀ ਦੇਖਦੇ ਨੇ? ਦੇਖੋ, ਕਿਤੇ ਨਾ ਕਿਤੇ ਖੜ੍ਹ ਕੇ ਜਿੱਥੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਉੱਥੇ ਸਾਨੂੰ ਕੁਛ ਨਾ ਕੁਛ, ਜਿਵੇਂ 3 ਦਿਨ ਦੀ ਇੰਨੀ ਵੱਡੀ ਕਾਨਫਰੰਸ ਚੱਲੀ ਹੈ, ਕੁਛ ਫੈਸਲੇ ਲੈ ਕੇ ਤਾਂ ਉੱਠਣਾ ਹੀ ਚਾਹੀਦਾ ਹੈ ਨਾ। ਸਾਰੇ ਸੀਨੀਅਰਸ ਨੇ, ਇੰਨੇ ਬੁੱਧੀਜੀਵੀ ਨੇ, ਔਰ ਇੰਨੀ ਡਿਟੇਲ ਦੇ ਨਾਲ ਇੱਥੇ ਸਾਰੀ ਗੱਲਬਾਤ ਹੋਈ ਹੈ। ਜੇ ਉਹ ਸਾਰੀ ਗੱਲ ਦੇ ਵਿੱਚੋਂ ਅਸੀਂ ਕੁਛ ਵੀ ਕੱਢ ਕੇ ਹੱਥ ਝਾੜ ਕੇ ਚੱਲੇ ਗਏ ਤਾਂ ਅਸੀਂ ਕੀਤਾ ਵੀ ਕੀ? ਡਾਕਟਰ ਆਤਮਜੀਤ ਸਿੰਘ, ਪ੍ਰਸਿੱਧ ਨਾਟਕਕਾਰ, ਇੰਟਰਨੈਸ਼ਨਲ ਨੈਸ਼ਨਲ ਲੈਵਲ 'ਤੇ ਵੱਡਾ ਨਾਮ, ਔਰ 3 ਦਿਨਾਂ ਦੀ ਕਾਨਫਰੰਸ ਦਾ ਅਟੈਂਡ ਕਰਨ ਦਾ ਤੁਹਾਡਾ ਮਨੋਰਥ ਪੂਰਾ ਹੋਇਆ? ਮਨੋਰਥ ਮੇਰਾ ਇਹ ਸੀ ਕਿ ਕੁਛ ਗੰਭੀਰ ਗੱਲਾਂ ਕੀਤੀਆਂ ਜਾਣ ਅਤੇ ਕੁਛ ਗੰਭੀਰ ਗੱਲਾਂ ਸੁਣੀਆਂ ਜਾਣ। ਜਿੱਥੋਂ ਤੱਕ ਸੰਬੰਧ ਹੈਗਾ ਆ ਭਾਸ਼ਾ ਅਤੇ ਮਾਂ ਭਾਸ਼ਾ, ਇਹ ਦੋਨੋਂ ਭਾਵੁਕਤਾ ਵਾਲੇ ਵਿਸ਼ੇ ਨੇ, ਔਰ ਭਾਵੁਕਤਾ ਤਾਂ ਹਰ ਥਾਂ 'ਤੇ ਮਿਲ ਜਾਂਦੀ ਆ। ਉਹਦੀ ਮੈਨੂੰ ਤਵੱਕੋ ਹੈ ਸੀ ਕਿ ਅਸੀਂ ਸਾਰੇ ਇਮੋਸ਼ਨਲ ਹੋਵਾਂਗੇ, ਉਹਦੇ 'ਚ ਕੁਛ ਨਵਾਂ ਨਹੀਂ ਵਾਪਰਿਆ, ਲੇਕਿਨ ਉਹਦੇ ਵਿੱਚ ਜਿਹੜੀ ਸੂਝ ਦੀ, ਸਮਝ ਦੀ, ਕੁਛ ਸੋਚ ਵਿਚਾਰ ਦੀ ਗੱਲ ਹੋਈ ਹੈ, ਉਹਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਔਰ ਉਸ ਨੂੰ ਕਿਸੇ ਏਜੰਡੇ ਨਾਲ ਜੋੜ ਕੇ ਨਹੀਂ ਕਿਸੇ ਨੇ ਕੀਤਾ, ਉਹ ਦਿਲੋਂ ਕੀਤਾ। ਜੋ ਵੀ ਬੋਲੇ ਲੋਕ, ਉਹ ਦਿਲੋਂ ਬੋਲੇ ਨੇ, ਔਰ ਹਰ ਆਦਮੀ ਦੀ ਉਹਦੇ 'ਚ ਸ਼ਮੂਲੀਅਤ ਹੈ। ਜਿਸ ਵੀ ਕੋਣ ਤੋਂ, ਐਂਗਲ ਤੋਂ ਉਹ ਬੋਲ ਸਕਦਾ ਸੀ, ਭਾਸ਼ਾ ਬਾਰੇ, ਬੋਲੀ ਬਾਰੇ, ਬੋਲੀ ਦੇ ਸਾਹਮਣੇ ਆਈਆਂ ਵੰਗਾਰਾਂ ਬਾਰੇ, ਬੋਲੀ ਦੀਆਂ ਸੀਮਾਵਾਂ ਬਾਰੇ, ਬੋਲੀ ਦੇ ਭਵਿੱਖ ਬਾਰੇ, ਬੋਲੀ ਨੂੰ ਬੱਚਿਆਂ ਨਾਲ ਜੋੜਨ ਬਾਰੇ, ਬੋਲੀ ਦਾ ਸੱਭਿਆਚਾਰ ਨਾਲ ਸੰਬੰਧਾਂ ਬਾਰੇ, ਸਕਾਫਤ ਨਾਲ ਉਹਦੇ ਜੋੜ ਬਾਰੇ, ਸਿਆਸਤ ਨਾਲ ਉਹਦੇ ਜੋੜ ਬਾਰੇ, ਇਹ ਸਾਰੀਆਂ ਜਿਹੜੀਆਂ ਲੇਅਰਸ ਨੇ, ਪਰਤਾਂ ਜਿਹੜੀਆਂ ਨੇ, ਇਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਮੈਂ ਸਮਝਦਾ ਕਿ ਇਹ ਇੱਕ ਸਹੀ ਦਿਸ਼ਾ ਵੱਲ ਚੁੱਕਿਆ ਹੋਇਆ ਸਹੀ ਕਦਮ ਹੈ। ਹਾਂ, ਇਹ ਠੀਕ ਹੈ ਕਿ ਇਹ ਹੋਰ ਥੋੜ੍ਹੀ ਜਿਹੀ ਬੈਟਰ ਔਰਗਨਾਈਜ਼ ਹੋ ਸਕਦੀ ਹੈ, ਔਰ ਮੈਨੂੰ ਪੂਰੀ ਉਮੀਦ ਹੈ। ਔਰ ਉਹ ਪ੍ਰਬੰਧਕ ਜਿਹੜੇ ਨੇ, ਇਸ ਗੱਲ ਦੇ ਬਾਵਜੂਦ ਕਿ ਬਹੁਤ ਓਨੈਸਟ ਨੇ, ਬਹੁਤ ਹੀ ਇਮਾਨਦਾਰ ਨੇ, ਇੱਦਾਂ ਲੱਗਾ ਕਿ ਉਹ ਬਹੁਤ ਫੋਕਸਡ ਨੇ, ਆਪਣੀ ਜਿਹੜੀ ਗੱਲ ਕਹਿਣਾ ਚਾਹੁੰਦੇ ਨੇ ਉਹਦੇ 'ਤੇ ਇਮਾਨਦਾਰੀ ਨਾਲ ਡਟ ਕੇ ਕਹਿ ਰਹੇ ਨੇ। ਫਿਰ ਵੀ ਐਕਸਪੀਰੀਅੰਸ ਦੀ ਇੱਕ ਆਪਣੀ ਲੋੜ ਹੁੰਦੀ ਹੈ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ 2 ਹੋਰ ਵਿਸ਼ਵ ਕਾਨਫਰੰਸਾਂ ਅੱਜ ਹੀ ਅਨਾਊਂਸ ਕਰ ਦਿੱਤੀਆਂ, ਇੱਕ ਰਹੀਮ ਯਾਰ ਖਾਂ ਪਾਕਿਸਤਾਨ ਦੇ ਵਿੱਚ, ਜਿਹੜਾ ਕਿ ਬੜਾ ਕਿਨਾਰੇ ਵਾਲਾ ਇਲਾਕਾ ਹੈਗਾ, ਉੱਥੇ ਕਰ ਰਹੇ ਨੇ, ਅਤੇ ਇੱਕ ਇਸੇ ਜਗ੍ਹਾ ਦੇ ਉੱਤੇ ਜੂਨ ਦੇ ਵਿੱਚ ਜਿਹੜੀ ਕਰ ਰਹੇ। ਮੈਨੂੰ ਲੱਗਦਾ ਕਿ ਇਹ ਅੱਗੇ ਵਧਣਗੇ, ਔਰ ਮੈਂ ਇਹ ਵੀ ਉਮੀਦ ਕਰਦਾ ਕਿ ਬਾਕੀ ਕਾਨਫਰੰਸਾਂ ਕਰਾਉਣ ਵਾਲੇ ਵੀ ਇੱਕ ਦੂਜੇ ਨੂੰ ਇੰਨਾ ਸਹਿਯੋਗ ਜ਼ਰੂਰ ਦੇਣ ਕਿ ਉਹਦੇ ਵਿੱਚ ਸ਼ਮੂਲੀਅਤ ਕਰਨ ਆਪਣੀ। ਇੰਟਰਨੈਸ਼ਨਲ ਅਤੇ ਨੈਸ਼ਨਲ ਅਵਾਰਡ ਡਾਕਟਰ ਆਤਮਜੀਤ ਨੂੰ ਮਿਲੇ, ਔਰ ਪਿੱਛੇ ਪੰਜਾਬੀ ਟ੍ਰਿਬਿਊਨ ਨੇ ਤੁਹਾਡੇ ਬਹੁਤ ਸਾਰੇ ਆਰਟੀਕਲ ਛਾਪੇ, ਕੈਨੇਡਾ ਅਮੈਰੀਕਾ ਦੀ ਗੱਲ ਕੀਤੀ, ਉਹਦੇ 'ਚੋਂ ਸਭ ਤੋਂ ਜ਼ਿਆਦਾ ਜੇ ਹਿੱਸਾ ਹੁੰਦਾ ਤਾਂ ਬ੍ਰਮਟਨ ਦਾ ਹਿੱਸਾ ਹੁੰਦਾ ਹੈ, 401 ਬਣਦੀ ਡਾਕਟਰ ਆਤਮਜੀਤ ਨੇ ਖੁਦ ਦੇਖੀ, ਜਵਾਨ ਹੁੰਦਾ ਬ੍ਰਮਟਨ ਦੇਖਿਆ, ਅਤੇ ਬ੍ਰਮਟਨ ਦੇ ਉਸ ਵਿਸ਼ਾਲ ਪੰਜਾਬੀ ਭਵਨ ਦੇ ਵਿੱਚ 3 ਦਿਨਾਂ ਕਾਨਫਰੰਸ ਦਾ ਹੋਣਾ, ਔਰ 6 ਮਤੇ ਉਹਦੇ 'ਚ ਪਾਸ ਹੋਣੇ, ਅਤੇ 1 ਮਤਾ ਤੁਸੀਂ ਉਹਨਾਂ ਨੂੰ ਸੁਜੈਸਟ ਕੀਤਾ ਵੀ ਕੁਛ ਗਿਲੇ ਮੈਂਬਰ ਪਾਰਲੀਮੈਂਟਾਂ ਦੇ ਲਈ ਡਾਕਟਰ ਦਲਬੀਰ ਸਿੰਘ ਕਥੂਰੀਆ ਦੇ ਰਹੇ ਜਿਨ੍ਹਾਂ ਨੇ ਇਹ ਕਾਨਫਰੰਸ ਕਰਾਈ, ਅਤੇ ਉਹ 2 ਮਤੇ ਬੜੇ ਅਹਿਮ ਰੱਖਦੇ ਨੇ। ਤੁਸੀਂ ਆਖਿਆ ਵੀ ਕੰਮ ਕਰਾਉਣ ਦਾ ਤਰੀਕਾ ਇਹ ਹੋਣਾ ਚਾਹੀਦਾ, ਉਹ ਜ਼ਰੂਰ ਤੁਸੀਂ ਕੋਟ ਕਰਿਓ। ਹੋਇਆ ਇਸ ਤਰ੍ਹਾਂ ਸੀ ਕਿ
ਇਹਨਾਂ ਨੇ ਜੋ ਮੈਨੂੰ ਪਤਾ ਲੱਗਾ 5 ਐਮ ਪੀਜ਼ ਨੂੰ ਰਿਕੁਐਸਟ ਕੀਤੀ ਸੀ ਕਿ ਇਹਨਾਂ ਨੂੰ ਥੋੜ੍ਹੇ ਜਿਹੇ ਚਾਹੀਦੇ ਹੈਗੇ ਨੇ ਵੀਜ਼ੇ ਕੁਛ ਲੋਕਾਂ ਦੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਤੋਂ ਆ ਨਹੀਂ ਸਕੇ, ਉਹਨਾਂ ਨੇ ਇੱਥੇ ਆਉਣਾ ਸੀ ਉਹ ਪਹੁੰਚ ਨਹੀਂ ਸਕੇ। ਜਦੋਂ 5 ਐਮ ਪੀ ਇੱਥੇ ਆਏ ਤਾਂ ਦਲਬੀਰ ਸਿੰਘ ਕਥੂਰੀ ਹੋਣੀ ਆਪਣੇ ਸੁਭਾਅ ਮੁਤਾਬਕ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਉਹਨਾਂ ਨੇ ਤੁਰਸ਼ ਬੋਲਿਆ ਕਿ ਤੁਸੀਂ ਸਾਡਾ ਕੰਮ ਤਾਂ ਕੀਤਾ ਨਹੀਂ ਹੈਗਾ, ਤੁਸੀਂ ਜੀ ਆਇਆਂ ਨੂੰ ਤੁਹਾਨੂੰ ਅਸੀਂ ਕਹਿੰਦੇ ਹਾਂ ਤੁਸੀਂ ਬੜਾ ਚੰਗਾ ਕੰਮ ਕਮਿਊਨਿਟੀ ਦਾ ਕਰ ਰਹੇ ਹੋ, ਲੇਕਿਨ ਆਹ ਕੰਮ ਤੁਹਾਨੂੰ ਕਿਹਾ ਤੁਸੀਂ ਨਹੀਂ ਕੀਤਾ। ਉਹ ਖੈਰ ਗੱਲਬਾਤ ਖਤਮ ਹੋ ਗਈ, ਉਹ ਚਲੇ ਗਏ। ਹੁਣ ਜਿਹੜੇ ਦੋ ਮਤੇ ਅਸੀਂ ਇਹ 'ਚ ਪੇਸ਼ ਕੀਤੇ ਨੇ, ਇੱਕ ਮਤਾ ਤਾਂ ਇਹ ਹੈਗਾ ਕਿ ਕੈਨੇਡਾ ਦੇ ਵਿੱਚ ਜੋ ਸਥਾਨ ਪੰਜਾਬੀ ਬੋਲੀ ਨੂੰ ਬੀ ਸੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਮਿਲਿਆ ਹੋਇਆ, ਉਸ ਤਰ੍ਹਾਂ ਦਾ ਇਹ ਸਥਾਨ ਇੱਥੋਂ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹ ਪ੍ਰਦਾਨ ਕੀਤਾ ਜਾਵੇ। ਤਾਂ ਮੈਂ ਸਮਝਦਾ ਕਿ ਜਿਹੜੇ ਮਤੇ ਨੇ ਇਹਨਾਂ ਨੂੰ ਪਾਸ ਕਰਾਉਣ ਦਾ ਅੱਜ ਬਹੁਤ ਅੱਛਾ ਮੌਕਾ, ਕਿਉਂਕਿ ਉਹਨਾਂ ਐਮ ਪੀਜ਼ ਨੂੰ ਪਤਾ ਕਿ ਇਹ ਦੁਖੀ ਨੇ ਥੋੜ੍ਹੇ ਜਿਹੇ, ਔਰ ਸਾਡੀ ਜਿਹੜੀ ਡਿਮਾਂਡ ਹੈ ਪੰਜਾਬੀ ਬੋਲੀ ਦੇ ਬਾਰੇ ਉਹ ਵੀ ਕੋਈ ਗਲਤ ਨਹੀਂ ਹੈ, ਔਰ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਵੀ ਡਿਮਾਂਡ ਕੋਈ ਬਣਾਈ ਜਾ ਸਕਦੀ ਹੈ। ਅਤੇ ਮੈਨੂੰ ਇੰਨਾ ਪਤਾ ਕਿ ਜੇ ਗੰਭੀਰਤਾ ਦੇ ਨਾਲ ਕੋਈ ਗੱਲ ਕੀਤੀ ਜਾਵੇ, ਜਿਹਦੇ ਪਿੱਛੇ ਤਰਕ ਹੋਵੇ, ਲੌਜਿਕ ਹੋਵੇ, ਤਾਂ ਕੈਨੇਡੀਅਨ ਪਾਰਲੀਮੈਂਟ ਉਸਨੂੰ ਰਿਫਿਊਜ਼ ਨਹੀਂ ਕਰੇਗੀ। ਮੈਨੂੰ ਪੂਰੀ ਉਮੀਦ ਹੈ ਕਿ ਇੱਦਾਂ ਦਾ ਹੋ ਸਕੇਗਾ। ਦੂਜਾ ਤੁਹਾਡਾ ਸਵਾਲ ਸੀ ਪੰਜਾਬੀ ਭਵਨ ਦੇ ਬਾਰੇ। 1996 ਵਿੱਚ ਜਦੋਂ ਮੈਂ ਇੱਥੇ ਆਪਣਾ ਨਾਟਕ ਕੈਮਰੂਪ ਸੀ ਮੱਛੀਆਂ ਖੇਡਿਆ ਸੀ, ਅਤੇ ਉਹਦੇ 'ਚ ਮੈਂ ਇੱਕ ਛੋਟਾ ਜਿਹਾ ਮੇਰਾ ਗਿਲਾ ਸੀ ਕਿ ਅਸੀਂ ਧਰਮ ਸਥਾਨ ਬੜੇ ਬਣਾਏ ਨੇ, ਔਰ ਬੜੀ ਚੰਗੀ ਗੱਲ ਹੈ, ਸਾਨੂੰ ਲੋੜ ਆ ਉਹਨਾਂ ਦੀ, ਸਾਡੀਆਂ ਸਮਾਜਿਕ ਧਾਰਮਿਕ ਸੱਭਿਆਚਾਰਕ ਲੋੜਾਂ ਪੂਰੀਆਂ ਕਰਦੇ ਨੇ, ਪਰ ਸਾਡੇ ਕੋਲ ਕੋਈ ਸੱਭਿਆਚਾਰਕ ਸਥਾਨ ਨਹੀਂ ਹੈ ਜਿੱਥੇ ਅਸੀਂ ਹਰ ਕਿਸਮ ਦੇ ਪੰਜਾਬੀ ਇਕੱਠੇ ਹੋ ਸਕਦੇ ਹੋਈਏ। ਤਾਂ ਮੈਨੂੰ ਖੁਸ਼ੀ ਹੈ ਕਿ ਇਹ ਪੰਜਾਬੀ ਭਵਨ ਜਿਹੜਾ ਬਣਿਆ ਹੋਇਆ ਇੱਥੇ, ਇਹਦੇ ਵਿੱਚ ਉਹ ਪੋਟੈਂਸ਼ੀਅਲ, ਉਹ ਸਮਰੱਥਾ ਹੈ ਕਿ ਉਹ ਬਣ ਸਕੇ ਇੱਕ ਅੱਛਾ ਥੀਏਟਰ। ਉਮੀਦ ਕਰਦਾ ਕਿ ਅਗਲੇ ਸਾਲ ਹੋਰ ਵੀ ਬਿਹਤਰ ਹੋਏਗਾ। ਇੱਕ ਕੋਟ ਹੋਈ ਇੱਥੇ ਗੱਲ, ਤੁਸੀਂ ਵਿਊ ਦੀ ਗੱਲ ਕੀਤੀ, ਅਕਸਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ, ਔਰ ਉਹ ਨੌਲੇਜਫੁੱਲ ਗੱਲ ਸੀਗੀ ਤੁਹਾਡੇ ਭਸੂਰੀ ਅਤੇ ਭਸੂੜੀ ਵਾਲੀ ਜੀ, ਔਰ ਉਹਦਾ ਪ੍ਰਚਾਰ ਪ੍ਰਸਾਰ ਉਹਨਾਂ ਨਹੀਂ ਹੋ ਸਕਿਆ ਜਿਹੜੀ ਗੱਲ ਪਾਕਿਸਤਾਨ ਦੇ ਉਸ ਅਦੀਬ ਨੇ ਕਹੀ ਹੈ, ਔਰ ਤੁਸੀਂ ਉਹ ਕੋਟ ਦੁਬਾਰਾ ਕਰਿਓ। ਉਹ 'ਚ ਮੈਂ ਸਿਰਫ ਇੰਨੀ ਗੱਲ ਕਹੀ ਕਿ ਮੀਡੀਆ ਦਾ ਵੀ ਇੱਕ ਬੜਾ ਵੱਡਾ ਰੋਲ ਹੈ ਭਾਸ਼ਾ ਨੂੰ ਸਹੀ ਤੌਰ ਦੇ ਉੱਤੇ ਪੇਸ਼ ਕਰਨ 'ਚ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਕਿ ਵੈਸਟਰਨ ਵਰਲਡ ਦੇ ਵਿੱਚ ਜਾਂ ਕੁਝ ਹਾਲਤਾਂ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੇ ਨਵੇਂ ਬੱਚੇ ਰੋਮਨ 'ਚ ਲਿਖਦੇ ਨੇ, ਉਹ ਪੰਜਾਬੀ ਨੂੰ ਉਸ ਪੂਰਨ ਤਰੀਕੇ ਨਾਲ ਨਹੀਂ ਲਿਖ ਪਾਉਂਦੇ ਜਿਸ ਤਰ੍ਹਾਂ ਉਹਦਾ ਪ੍ਰੋਨਾਂਸੀਏਸ਼ਨ ਹੁੰਦਾ, ਜਿਸ ਤਰ੍ਹਾਂ ਉਹ ਬੋਲ ਨਹੀਂ ਸਕਦੇ। ਭੱਬਾ ਉਹਨਾਂ ਲਈ ਬੋਲਣਾ ਬਹੁਤ ਮੁਸ਼ਕਲ ਹੈ, ਕੱਕਾ ਕੱਕਾ ਗੱਗਾ ਬੋਲਣਗੇ ਘੱਗਾ ਮੁਸ਼ਕਲ ਹੈ, ਚੱਚਾ ਚੱਚਾ ਜੱਜਾ ਬੋਲਣਗੇ ਝੱਜਾ ਮੁਸ਼ਕਲ ਹੈ, ਤਾਂ ਉਹ ਭੜਥਾ ਕਹਿਣਾ ਉਹਨਾਂ ਲਈ ਮੁਸ਼ਕਲ ਹੈ, ਉਹਨਾਂ ਨੇ ਭੜਥਾ ਹੀ ਕਹਿਣਾ, ਪਰ ਉਹ ਸਮਝਣ ਵਾਲੇ ਨੂੰ ਵੀ ਆਉਣ ਵਾਲੇ ਨੂੰ ਲੱਗ ਜਾਂਦੀ ਵੀ ਇਹ ਭੜਥਾ ਕਹਿ ਰਿਹਾ, ਪਰ ਬੋਲ ਭੜਥਾ ਰਿਹਾ, ਪਰ ਕਿਤੇ ਕਿਤੇ ਇਹ ਜ਼ੁਲਮ ਬਣ ਜਾਂਦਾ। ਉਹਦਾ ਮੈਂ ਜ਼ਿਕਰ ਕੀਤਾ ਸੀ ਕਿ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਜਿਹੜਾ ਗਾਣਾ ਹੋਇਆ ਉਹ ਭਸੂੜੀ ਹੋਇਆ, ਔਰ ਉਹਦੇ 77,20,000 ਵਿਊਜ਼ ਨੇ, ਇੰਨੇ ਵਿਊਜ਼ ਜਿਹੜੇ ਨੇ ਇਹ ਮਤਲਬ ਤੁਹਾਨੂੰ ਖੁਸ਼ ਵੀ ਕਰਦੇ ਆ, ਪਰ ਮੈਨੂੰ ਡਰ ਇਸ ਗੱਲ ਦਾ ਕਿ ਉਸ ਉੱਤੇ ਗਾਇਆ ਤਾਂ ਉਹਨੇ ਭਸੂੜੀ ਹੈ ਪਰ ਲਿਖਿਆ ਭਸੂਰੀ ਹੋਇਆ। ਉਹਦੇ ਨਾਲ ਕੀ ਹੋਇਆ ਕਿ ਜੇ ਮੈਂ ਕਿਸੇ ਨੂੰ ਕਹਾਂਗਾ ਕਿ ਸ਼ਬਦ ਭਸੂਰੀ ਨਹੀਂ ਹੈ ਭਸੂੜੀ ਹੈ, ਉਹ ਕਹੇਗਾ ਤੂੰ ਤਾਂ ਕਬਲ ਹੈ। 77 ਕਰੋੜ ਬੰਦੇ ਨੂੰ ਉਸ ਕੈਸਟ 'ਤੇ ਸੀ ਡੀ ਜਾਂ ਉਸ ਉੱਤੇ ਭਸੂਰੀ ਲਿਖਿਆ ਮਿਲਦਾ। ਇੱਦਾਂ ਮੈਨੂੰ ਡਰ ਲੱਗਦਾ ਕਿ ਮੇਰੀ ਭਾਸ਼ਾ ਕਿਤੇ ਬਹੁਤ ਜ਼ਿਆਦਾ ਅਰਥਹੀਣ ਨਾ ਹੋ ਜਾਏ। ਸਾਨੂੰ ਇਹਦੇ ਬਾਰੇ ਮੀਡੀਆ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਉਹਨੂੰ ਚੰਗੇ ਤਰੀਕੇ ਨਾਲ ਲਿਖ ਸਕੇ। ਡਾਕਟਰ ਆਤਮਜੀਤ ਨੂੰ ਜਦੋਂ ਪੜ੍ਹਦੇ ਹਾਂ ਅਸੀਂ
ਤਾਂ ਸਾਨੂੰ ਨੋਬਲ ਪੁਰਸਕਾਰਾਂ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ। ਤੁਸੀਂ ਜਿਹੜੇ ਜਿਨ੍ਹਾਂ ਨੇ ਆਪਣੀ ਭਾਸ਼ਾ ਦੇ ਵਿੱਚ ਨੋਬਲ ਪੁਰਸਕਾਰ ਹਾਸਲ ਕੀਤੇ, ਔਰ ਨੋਬਲ ਪੁਰਸਕਾਰ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਹੈ, ਆਪਣੀ ਭਾਸ਼ਾ ਦੇ ਵਿੱਚ ਉਹ ਪ੍ਰਾਪਤ ਕੀਤਾ ਜਾ ਸਕਦਾ, ਤੁਸੀਂ ਇਹ ਸਿੱਧ ਕਰ ਦਿੱਤਾ। ਲੇਕਿਨ ਆਮ ਲੋਕਾਂ ਤੱਕ ਜਿਹੜੀ ਯੰਗ ਜਨਰੇਸ਼ਨ ਹੈ, ਜਿਹੜੀ ਹੁਣ AI, ਮੈਟਾ, ਟਵਿੱਟਰ, ਸੋਸ਼ਲ ਮੀਡੀਆ 'ਤੇ ਹੈ, ਉਹ ਕੁਛ ਹੋਰ ਹੀ ਫੋਲੋ ਕਰ ਰਹੀ ਹੈ, ਉਹਨਾਂ ਨੂੰ ਕੀ ਇੱਕ ਮੈਸੇਜ ਤੁਹਾਡਾ, ਕੀ ਸੁਨੇਹਾ ਹੈ? ਨਹੀਂ, ਮੇਰਾ ਮੈਸੇਜ ਉਹਨਾਂ ਨੂੰ ਇਹ ਹੈ, ਫੋਲੋ ਇਸ ਲਈ ਕੁਛ ਹੋਰ ਕਰ ਰਹੀ ਹੈ ਕਿ ਇੱਕ ਮਿੱਥ, ਇੱਕ ਭਰਮ, ਭ੍ਰਾਂਤੀ ਇਹ ਪੈਦਾ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਮਾਡਰਨ ਯੁੱਗ ਦੇ ਵਿੱਚ ਬਹੁਤ ਤਰੱਕੀ ਕਰਨੀ ਹੈ ਤਾਂ ਤੁਹਾਨੂੰ ਹਰ ਹਾਲਤ ਵਿੱਚ ਸਿਰਫ ਅੰਗਰੇਜ਼ੀ ਪੜ੍ਹਨ ਦੀ ਲੋੜ ਹੈ, ਉਹਦਾ ਮਾਂ ਬੋਲੀ ਨਾਲ ਪੰਜਾਬੀ ਜਾਂ ਹਿੰਦੀ ਜਾਂ ਹੋਰ ਉਰਦੂ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਖਿਆਲ ਹੈ ਇਹ ਬੇਸਿਕਲੀ ਗਲਤ ਹੈ। ਤੁਸੀਂ ਪੜ੍ਹਨੀ ਪੰਜਾਬੀ ਪੜ੍ਹੋ, ਨਹੀਂ ਪੜ੍ਹਨੀ ਨਾ ਪੜ੍ਹੋ, ਪਰ ਤੁਸੀਂ ਇਹ ਨਾ ਕਹੋ ਕਿ ਪੰਜਾਬੀ ਪੜ੍ਹਨ ਨਾਲ ਤੁਹਾਡੇ ਤਰੱਕੀ ਦੇ ਰਾਹ ਵਿੱਚ ਰੁਕਾਵਟ ਪਏਗੀ, ਬਿਲਕੁਲ ਨਹੀਂ ਪੈਂਦੀ। ਉਹਦੇ ਵਾਸਤੇ ਮੈਂ ਸਾਬਤ ਕੀਤਾ ਹੈਗਾ ਕਿ ਅਬਦੁਲ ਸਲਾਮ ਪਾਕਿਸਤਾਨ ਦਾ ਫਿਜ਼ਿਕਸ ਦਾ ਨੋਬਲ ਲੋਰੀਏਟ ਹੈ, ਉਸ ਨੋਬਲ ਲੋਰੀਏਟ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਾ ਕੇ ਪੰਜਾਬੀ ਭਾਸ਼ਾ ਦੇ ਵਿੱਚ ਕਨਵੋਕੇਸ਼ਨ ਐਡਰੈਸ ਦਿੱਤਾ, ਜਦੋਂ ਕਿ ਕਿਤੇ ਵੀ ਪੰਜਾਬੀ ਭਾਸ਼ਾ ਦੇ ਪੰਜਾਬੀ ਬੋਲੀ 'ਚ ਕਨਵੋਕੇਸ਼ਨ ਐਡਰੈਸ ਨਹੀਂ ਦਿੱਤਾ ਜਾਂਦਾ। ਇਹ ਉਹਦੀ ਸ਼ਰਤ ਸੀ ਕਿ ਮੈਂ ਪੰਜਾਬੀ ਬੋਲਾਂਗਾ। ਜੇ ਭਾਈ ਉਹ ਨੋਬਲ ਅਵਾਰਡ ਵਿਨਰ ਪੰਜਾਬੀ ਬੋਲ ਸਕਦਾ, ਉਹ ਇਕੱਲਾ ਨਹੀਂ, ਮੈਂ ਸਾਰੇ ਸਟੱਡੀ ਕੀਤੇ ਆ। ਹੋਰ ਤਾਂ ਹੋਰ, ਮਦਰ ਟਰੀਸਾ ਦੁਨੀਆ ਦੀਆਂ 4 ਜ਼ਬਾਨਾਂ ਅੱਛੇ ਤਰੀਕੇ ਨਾਲ ਬੋਲ ਸਕਦੀ ਹੈ, ਲੇਕਿਨ ਜਦੋਂ ਵੀ ਯੂਰਪ 'ਚੋਂ ਆਪਣੇ ਘਰ ਜਾਂਦੀ ਹੈ ਉਹ ਅਲਬੇਨੀਅਨ ਬੋਲਦੀ ਹੈ। ਹਰਗੋਬਿੰਦ ਖੁਰਾਣਾ ਪੰਜਾਬ ਦਾ ਬੜਾ ਵੱਡਾ ਨਾਂ ਆ, ਉਹਦੇ ਬਾਰੇ ਸਾਡੇ ਕੋਲ ਰਿਟਨ ਪਰੂਫ ਹੈਗੇ ਆ ਕਿ ਉਹ ਘਰ ਵਿੱਚ ਜਾਂ ਆਪਣੇ ਦੋਸਤਾਂ ਵਿੱਚ ਪੰਜਾਬੀ ਬੋਲਦਾ। ਬਾਕੀ ਵੀ ਜਿੰਨੇ ਨੋਬਲ ਅਵਾਰਡ ਜੇਤੂ ਹੈਗੇ ਨੇ ਉਹ ਸਾਰਿਆਂ ਨੇ ਆਪਣੀ ਮਾਂ ਭਾਸ਼ਾ ਨੂੰ ਯੂਜ਼ ਕੀਤਾ। ਕਹਿਣ ਦਾ ਮਤਲਬ ਇਹ ਹੈ ਕਿ ਮਾਂ ਭਾਸ਼ਾ ਦੀ ਗੱਲ ਕਰਦਿਆਂ, ਮਾਂ ਭਾਸ਼ਾ ਨੂੰ ਇਸਤੇਮਾਲ ਕਰਦਿਆਂ, ਮਾਂ ਭਾਸ਼ਾ ਦੇ ਕਲਚਰ ਵਿੱਚ ਜਿਉਂਦਿਆਂ ਤੁਹਾਡੀ ਤਰੱਕੀ 'ਚ ਰੁਕਾਵਟ ਨਹੀਂ ਪੈਂਦੀ। ਬਲਕਿ ਮੈਂ ਤਾਂ ਇਹ ਵੀ ਕਿਸੇ ਵੇਲੇ ਚਾਹੂੰਗਾ ਕੋਈ ਸਿੱਧ ਕਰੇ ਕਿ ਮਾਂ ਬੋਲੀ ਕਰਕੇ ਉਹਨਾਂ ਨੇ ਤਰੱਕੀ ਕੀਤੀ ਹੈ। ਤੁਸੀਂ ਮਾਂ ਬੋਲੀ ਦੀ ਗੱਲ ਕੀਤੀ ਹੈ, ਮੈਂ ਇੱਕ ਗੱਲ ਲਾਸਟ, ਮੈਂ ਤੁਹਾਨੂੰ ਪਤਾ ਤੁਸੀਂ ਬਿਜ਼ੀ ਹੋ ਜੀ, ਕੈਨੇਡਾ ਦੀ ਗੱਲ ਕਰੀਏ ਜੀ, ਤਾਂ ਇੱਥੇ ਤੀਜੀ ਭਾਸ਼ਾ ਪੰਜਾਬੀ ਹੈ ਜੀ। ਤੁਸੀਂ ਜਦੋਂ ਪੰਜਾਬ ਜਾ ਕੇ ਦੇਖਦੇ ਹੋ ਤਾਂ ਸਰਕਾਰੀ ਭਾਸ਼ਾ, ਹਾਲਾਂਕਿ ਸਰਦਾਰ ਲਕਸ਼ਮਣ ਸਿੰਘ ਗਿੱਲ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਸਾਡੀ ਪੰਜਾਬੀ ਹੋਏਗੀ, ਉਹ ਜਿਹੜਾ ਇੱਕ ਨੋਟੀਫਿਕੇਸ਼ਨ ਹੈ ਉਹ ਕਿੱਥੇ ਦੱਬ ਕੇ ਰਹਿ ਗਿਆ, ਅਤੇ ਇਹਦੇ ਲਈ ਤੁਸੀਂ ਹੁਣ ਸਰਕਾਰ ਦੇ ਕੰਨਾਂ ਤੱਕ ਕਿਵੇਂ ਗੱਲ ਪਹੁੰਚਾਉਂਦੇ ਗਏ ਜਦੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਜਾਫਰ ਵੀ ਲਗਾ ਦਿੱਤੇ ਗਏ? ਦੇਖੋ, ਗੱਲ ਇਹ ਹੈ ਕਿ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ, ਇੱਕ ਗੱਲ ਸੁਣਾਉਂਦੇ ਸੀ ਕਿ ਇੱਕ ਬੰਦਾ ਕਹਿੰਦਾ ਮੈਂ ਬੜਾ ਵਧੀਆ ਸਜਿੰਦਾ ਸਾਜ਼ ਵਜਾਉਣਾ, ਅਤੇ ਉਹ ਕਹਿੰਦਾ ਰਾਜੇ ਨੂੰ ਮੈਨੂੰ ਕੋਈ ਖਿਲਤ ਕੋਈ ਲਾ, ਕੋਈ ਤੋਹਫ਼ਾ, ਕੋਈ ਜਗੀਰ ਲਾ ਦੇ ਮੇਰੇ ਨਾਂ ਦੇ ਉੱਤੇ। ਉਹ ਕਹਿੰਦਾ ਵਜਾ ਕੇ ਦਿਖਾ, ਕਹਿੰਦਾ ਆਪਣੇ ਕੀਰਤਨੀ ਬਿਠਾ ਦੇ, ਮੈਂ ਨਾਲ ਵਜਾਵਾਂਗਾ ਬੈਠ ਕੇ। ਉਹ ਕੀਰਤਨੀਆਂ ਨੇ ਜ਼ੋਰ ਲਾ ਕੇ ਕੀਰਤਨ ਕੀਤਾ ਵੀ ਇਹ ਬੰਦਾ ਆ ਗਿਆ ਤਾਂ ਸਾਡਾ ਕਿਤੇ ਵੀ ਖਰਾਬ ਨਾ ਹੋ ਜਾਵੇ। ਉਹਨੂੰ ਕਹਿੰਦਾ ਤੂੰ ਇਕੱਲਾ ਵਜਾ, ਕਹਿੰਦਾ ਮੈਂ ਇਕੱਲਾ ਨਹੀਂ ਵਜਾ ਸਕਦਾ, ਮੈਂ ਤਾਂ ਨਾਲ ਬਹਿ ਕੇ ਵਜਾ ਸਕਦਾ, ਮੈਂ ਤਾਂ ਸ਼ਾਮਲ ਵਜਾ ਹਾਂ। ਇਹ ਸਾਰੇ ਡਿਪਾਰਟਮੈਂਟ ਸ਼ਾਮਲ ਵਜੇ ਨੇ, ਇਹਨਾਂ ਕੋਲ ਕੁਛ ਵੀ ਹੈ ਨਹੀਂ, ਗ੍ਰਾਂਟ ਇਹਨਾਂ ਕੋਈ ਨਹੀਂ ਹੈਗੀ। ਜ਼ਫਰ ਬਹੁਤ ਹੀ ਪਿਆਰਾ ਮਿੱਤਰ ਹੈ ਮੇਰਾ, ਅੱਛਾ ਕਵੀ ਹੈ, ਪਰ ਜਿਹਨੂੰ ਕੋਈ ਪੈਸਾ ਕੁਛ ਨਹੀਂ, ਉਹਦੇ ਕੋਈ ਤਾਕਤ ਕੁਛ ਨਹੀਂ, ਉਹ ਕੀ ਕਰੇਗਾ, ਉਹ ਬਹੁਤਾ ਨਹੀਂ ਕਰ ਸਕਦਾ। ਇਹ ਤਾਂ ਪਹਿਲੀ ਗੱਲ। ਦੂਸਰੀ ਗੱਲ, ਪੰਜਾਬ ਦੀ ਸਮੱਸਿਆ ਹੋਰ ਹੈ। ਮੈਂ ਇੱਥੇ ਇੱਕ ਬਿਆਨ ਦਿੱਤਾ ਔਰ ਮੈਂ ਸਮਝਦਾ ਕੋਈ ਇੰਪੋਰਟੈਂਟ ਹੈ ਕਿ ਬ੍ਰੈਂਪਟਨ ਦੇ ਵਿੱਚ ਆ ਕੇ ਮੈਨੂੰ ਪੰਜਾਬੀ ਇੱਕ ਸੈਕੂਲਰ ਜਾਂ ਧਰਮ ਨਿਰਪੱਖ ਭਾਸ਼ਾ ਲੱਗਦੀ ਹੈ, ਜਦੋਂ ਕਿ ਹਿੰਦੁਸਤਾਨ ਦੇ ਵਿੱਚ ਜੇ ਮੈਂ ਕਿਸੇ ਨੂੰ ਫੋਨ ਕਰਦਾ ਪੰਜਾਬੀ ਤਾਂ ਮੈਨੂੰ ਸਿੱਖ ਮੰਨਿਆ ਜਾਂਦਾ, ਜੇ ਮੈਂ ਫੋਨ ਕਰਦਾ ਹਿੰਦੀ ਤਾਂ ਮੈਨੂੰ ਹਿੰਦੂ ਮੰਨਿਆ ਜਾਂਦਾ, ਉੱਥੇ ਸੈਕੂਲਰ ਹੋਣ ਲਈ ਮੈਨੂੰ ਅੰਗਰੇਜ਼ੀ ਬੋਲਣੀ ਪੈਂਦੀ ਹੈ। ਇਹ ਸਭ ਤੋਂ ਵੱਡੀ ਟ੍ਰੈਜਡੀ ਹੈ। ਸਾਡੇ ਬਹੁਤ ਸਾਰੇ ਲੋਕ ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ,
ਜਲੰਧਰ, ਪਠਾਨਕੋਟ, ਇੱਥੋਂ ਦੇ ਰਹਿਣ ਵਾਲੇ ਬਹੁਤ ਸਾਰੇ ਲੋਕ, ਉਹਦੇ ਵਿੱਚ ਹਿੰਦੂ ਵੀ ਸ਼ਾਮਿਲ ਨੇ, ਸਿੱਖ ਵੀ ਸ਼ਾਮਿਲ ਹੈ, ਆਪਣੀ ਪੰਜਾਬੀ ਬੋਲੀ ਨੂੰ ਉਸ ਤਰ੍ਹਾਂ ਨਹੀਂ ਅਪਣਾਉਂਦੇ ਜਿਸ ਤਰ੍ਹਾਂ ਮਾਂ ਬੋਲੀ ਨੂੰ ਅਪਣਾਇਆ ਜਾਣਾ ਚਾਹੀਦਾ। ਉਹਨਾਂ ਨੂੰ ਇਹਦੇ ਵਿੱਚ ਸੰਗ ਆਉਂਦੀ ਹੈ, ਆਪਣਾ ਸਾਰੀ ਦਿਹਾੜੀ ਵਪਾਰ ਕਰਨਗੇ ਪੰਜਾਬੀ 'ਚ, ਪਰ ਘਰ ਆ ਕੇ ਬੱਚਿਆਂ ਦੇ ਨਾਲ ਗੱਲ ਕਰਨਗੇ, ਕੈਸੇ ਹੋ ਬੱਚਾ, ਕੈਸੇ ਦਿਨ ਗੁਜ਼ਰਾ ਆਪਕਾ। ਇਹ ਸਿਆਸਤ ਜਿਹੜੀ ਹੈ, ਮੈਂ ਅੱਗੇ ਵੀ ਗੱਲ ਆਖੀ ਹੈ, ਸਿਆਸਤ ਚੰਡੀਗੜ੍ਹ 'ਚ ਨਹੀਂ ਹੁੰਦੀ, ਸਿਆਸਤ ਦਿੱਲੀ 'ਚ ਨਹੀਂ ਹੁੰਦੀ, ਬਹੁਤ ਸਾਰੀ ਸਿਆਸਤ ਸਾਡੇ ਲੋਕਾਂ ਵਿੱਚ ਪਈ ਹੈ, ਉਹਨਾਂ ਨੇ ਵੋਟਾਂ ਲੈਣੀਆਂ ਉਹਨਾਂ ਕੋਲੋਂ। ਇਹ ਬਹੁਤ ਵੱਡੀ ਦਿੱਕਤ ਹੈ, ਪਰ ਫਿਰ ਵੀ ਇੱਕ ਸਿਆਸਤ ਦਾ ਲੋਕਾਂ ਦਾ ਪ੍ਰੈਸ਼ਰ ਹੁੰਦਾ। ਜੇ ਸਾਡੇ ਕਿਸਾਨ ਰਲ ਮਿਲ ਕੇ ਇੱਕ ਬੜੇ ਵੱਡੇ ਜਿਹੜੇ ਨਿਯਮ ਬਣਾਏ ਗਏ ਸੀਗੇ ਸਖਤੀ ਨਾਲ ਲਾਗੂ ਕਰਨ ਵਾਸਤੇ, ਉਹਨਾਂ ਨੂੰ ਮੋੜ ਸਕਦੇ, ਅਸੀਂ ਵੀ ਮੋੜ ਸਕਦੇ ਹਾਂ, ਪਰ ਸਾਡੀ ਪ੍ਰਾਥਮਿਕਤਾ ਉਹ ਹੋਣੀ ਚਾਹੀਦੀ ਹੈ। ਸਾਨੂੰ ਆਪਣੀਆਂ ਵੋਟਾਂ ਮੰਗਣ ਤੋਂ ਪਹਿਲਾਂ ਲੋਕਾਂ ਨੂੰ ਕਹਿਣਾ ਚਾਹੀਦਾ, ਸਾਰੀਆਂ ਪਾਰਟੀਆਂ ਨੂੰ, ਚਾਹੇ ਉਹ BJP ਹੋਵੇ, ਅਕਾਲੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਸੀਂ ਤੁਹਾਨੂੰ ਤਾਂ ਵੋਟ ਦੇਵਾਂਗੇ ਜੇ ਤੁਸੀਂ ਪੰਜਾਬੀ ਨੂੰ ਇਸ ਪੱਧਰ 'ਤੇ ਲਾਗੂ ਕਰੋਗੇ। ਸੋ ਥੈਂਕ ਯੂ ਵੈਰੀ ਮੱਚ। ਥੈਂਕ ਯੂ। ਸੋ ਡਾਕਟਰ ਆਤਮਜੀਤ, ਪ੍ਰਸਿੱਧ ਨਾਟਕਕਾਰ, ਨੈਸ਼ਨਲ ਅਤੇ ਇੰਟਰਨੈਸ਼ਨਲ ਅਵਾਰਡੀ, ਇਹਨਾਂ ਨੇ ਆਪਣੀ ਮਨ ਦੀ ਭਾਵਨਾ ਜ਼ਾਹਰ ਕੀਤੀ ਹੈ, ਅਤੇ ਨਾਲ ਹੀ ਇਹਨਾਂ ਨੇ ਗਿਲਾ ਵੀ ਕੀਤਾ ਕਿ ਰਾਜ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਪੰਜਾਬੀ ਨੂੰ ਪੰਜਾਬ 'ਚ ਉਹ ਸਨਮਾਨ ਨਹੀਂ ਮਿਲਿਆ, ਲੇਕਿਨ ਕੈਨੇਡਾ ਦੀ ਧਰਤੀ ਦੇ ਉੱਤੇ, ਬ੍ਰੈਂਪਟਨ ਦੀ ਧਰਤੀ ਉੱਤੇ ਵਿਸ਼ਵ ਪੰਜਾਬੀ ਸਭਾ ਵੱਲੋਂ 3 ਦਿਨਾਂ ਜਿਹੜੀ ਕਾਨਫਰੰਸ, ਇਸ ਤੋਂ ਬਾਅਦ ਜੂਨ ਦੇ ਵਿੱਚ ਇਹ ਕਾਨਫਰੰਸ ਹੋਏਗੀ ਔਰ ਲਾਹੌਰ ਦੇ ਵਿੱਚ ਵੀ ਕਾਨਫਰੰਸ ਹੋਏਗੀ, ਉਹਦਾ ਸਿਹਰਾ ਡਾਕਟਰ ਦਲਬੀਰ ਸਿੰਘ ਨੂੰ ਇਹਨਾਂ ਨੇ ਦਿੱਤਾ ਹੈ। ਮੈਨੂੰ ਬਹੁਤ ਅੰਦਰੂਨੀ ਖੁਸ਼ੀ ਹੋਈ ਹੈ ਇਸ ਵਰਲਡ ਕਾਨਫਰੰਸ ਨੂੰ ਹੈਡ ਕਰਦੇ। ਮੈਨੂੰ ਡਰ ਸੀ ਕਿ ਇੱਥੇ ਕੁਛ ਨਹੀਂ ਹੋਣਾ, ਨਾਲ ਮੈਨੂੰ ਇਹ ਵੀ ਕਿਹਾ ਸੀ ਕਿ ਮੈਂ ਜੋ ਬੋਲਾਂਗਾ ਕੋਸ਼ਿਸ਼ ਕਰਾਂਗਾ ਸੱਚ ਬੋਲਾਂਗਾ। ਸਭ ਤੋਂ ਵੱਡੀ ਖੁਸ਼ੀ ਤੇ ਇਸ ਹਾਲ ਨੂੰ ਦੇਖ ਕੇ ਹੋਈ ਹੈ। ਬਲ ਸਾਹਿਬ ਸ਼ਾਹ ਚਲੇ ਗਏ ਨੇ, ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਸੰਨ 1996 ਵਿੱਚ ਮੈਂ ਇੱਥੇ ਇੱਕ ਨਾਟਕ ਖੇਡਿਆ ਸੀ, ਕੈਮਰੂਨਸ ਦੀਆਂ ਮੱਛੀਆਂ, ਸਾਰੇ ਕੈਨੇਡਾ 'ਚ ਖੇਡਿਆ ਸੀ। ਉਹਦੇ 'ਚ ਇੱਕ ਪ੍ਰੈਸ਼ਰ ਮੈਂ ਉਠਾਇਆ ਸੀ ਜਿਹੜਾ ਅੱਜ ਹਰਜਿੰਦਰ ਹੋਣਾ ਨੇ ਵੀ ਉਠਾਇਆ। ਗੁਰਦੁਆਰੇ ਸਾਡੀ ਆਸਥਾ ਦਾ ਸਥਾਨ ਨੇ, ਮੰਦਿਰ ਵੀ ਕੋਈ ਲੋਕਾਂ ਦੀ ਆਸਥਾ ਦਾ ਸਥਾਨ ਹੈ, ਮਸਜਿਦ ਵੀ ਹੈਗਾ, ਉਹਨਾਂ ਨੂੰ ਵਧਣਾ ਫੁੱਲਣਾ ਚਾਹੀਦਾ, ਚੰਗੀਆਂ ਉੱਥੋਂ ਗੱਲਾਂ ਨਿਕਲਣੀਆਂ ਚਾਹੀਦੀਆਂ ਬਾਹਰ। ਲੇਕਿਨ ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਨੀ ਹੈ ਸੀ, ਸਾਨੂੰ ਉੱਥੋਂ ਥੋੜ੍ਹਾ ਜਿਹਾ ਬਾਹਰ ਆਉਣਾ ਪਏ। ਮੈਂ ਸਮਝਦਾ ਇਹੋ ਜਿਹੇ ਸੰਸਥਾਵਾਂ ਅਤੇ ਇਹੋ ਜਿਹੇ ਹਾਲ ਅਤੇ ਇਹੋ ਜਿਹੀਆਂ ਥਾਵਾਂ, ਹੁਣ ਤਾਂ ਮੈਂ ਜਾਣਦਾ ਟੋਰਾਂਟੋ ਬਾਰੇ ਬਹੁਤ ਕੁਛ, ਔਰ ਇੱਥੇ ਬਹੁਤ ਵੱਡੀ ਗਿਣਤੀ 'ਚ ਵਾਪਰ ਰਿਹਾ। ਸੋ ਤੁਹਾਨੂੰ ਬਹੁਤ ਬਹੁਤ ਵਧਾਈ ਅਤੇ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰਬੰਧ ਕੀਤਾ। ਵਿਸ਼ਵ ਪੰਜਾਬੀ ਸਭਾ 16-17 ਅਤੇ 18 ਅਗਸਤ ਨੂੰ ਬ੍ਰੈਂਪਟਨ ਵਿਖੇ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਜਿਹੜੀ ਵੱਡੀ ਕਾਨਫਰੰਸ ਕਰਵਾਈ, ਜਿਹੜੀ ਕਿਸੇ ਵਿਆਹ ਤੋਂ ਘੱਟ ਨਹੀਂ ਸੀ, ਔਰ ਸਾਰਾ ਖਰਚਾ ਇਹਨਾਂ ਨੇ ਖੁਦ ਚੱਕਿਆ। ਉਹਦੇ 'ਚ ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਨੇ ਵੀ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ। ਡਾਕਟਰ ਦਲਬੀਰ ਕਥੂਰੀਆ ਸਾਹਿਬ ਸਾਡੇ ਨਾਲ ਨੇ। ਕਥੂਰੀਆ ਸਾਹਿਬ, ਮਨ 'ਚ ਕਦੋਂ ਖਿਆਲ ਆਇਆ ਕਿ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਉਹਨਾਂ ਦੀਆਂ ਜਿਹੜੀਆਂ ਯਾਦਾਂ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾਵੇ ਔਰ ਇੱਕ ਵੱਡੇ ਹਾਲ ਦੇ ਵਿੱਚ ਔਰ ਵਿਦਾਊਟ ਐਨੀ ਕੁਲੈਕਸ਼ਨ, ਸਾਰਾ ਖਰਚਾ ਤੁਸੀਂ ਆਪਣੀ ਜੇਬ 'ਚੋਂ, ਔਰ ਜਿੱਦਾਂ ਮਾਣ ਸਨਮਾਨ ਅਤੇ ਖਾਣ ਪਾਣ, ਇਹ 3 ਚੀਜ਼ਾਂ ਬਹੁਤ ਅਹਿਮ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪ੍ਰਾਈਮ ਮਿਨਿਸਟਰ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ
ਮੇਰੇ ਵੱਲੋਂ ਜਾਣੀ ਕਿ ਦਲਵੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਤੁਸੀਂ ਵੀ ਆਇਓ ਇਸ ਕਾਨਫਰੰਸ ਦੇ ਵਿੱਚ। ਦੇਖੋ, ਸਾਰਿਆਂ ਨੂੰ ਆਪਣੀ ਮਾਂ ਬੋਲੀ ਨਾਲ, ਆਪਣੀ ਭੋਏ ਨਾਲ ਜਿੱਥੋਂ ਚੱਲ ਕੇ ਆਏ ਹਾਂ, ਪਿਆਰ ਤਾਂ ਹੁੰਦਾ ਹੀ ਹੈ। ਤੁਸੀਂ ਵੀ ਬਹੁਤ ਮੋਹ ਰੱਖਦੇ ਹੋ, ਸਾਡੀ ਇਸ ਟੀਮ ਦੇ ਮੈਂਬਰ ਹੀ ਹੋ, ਔਰ ਸਾਡੀ ਟੀਮ ਬਹੁਤ ਵਧੀਆ ਟੀਮ, ਇੱਕ ਪਰਿਵਾਰ ਬਣਿਆ ਹੋਇਆ ਹੈ। ਔਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਜਿਹੜੀ, ਜਿਸ ਤੋਂ ਸਾਡੇ ਬੱਚੇ ਨਵੀਂ ਪਨੀਰੀ ਦੂਰ ਹੋ ਰਹੀ ਹੈ, ਉਸ ਨੂੰ ਨਾਲ ਜੁੜਨ ਦੀਆਂ ਕੋਈ ਨਾ ਕੋਈ ਕੋਸ਼ਿਸ਼ਾਂ ਕੀਤੀਆਂ ਜਾਣ, ਕੋਈ ਨਾ ਕੋਈ ਕੰਮ ਕੀਤਾ ਜਾਵੇ ਜਿਸ ਨਾਲ ਸਾਡੀ ਮਾਂ ਬੋਲੀ ਪੰਜਾਬੀ ਹੈ ਉਹ ਨਾਲ ਸਾਡੇ ਬੱਚੇ ਜੁੜ ਜਾਣ। ਕਿਉਂਕਿ ਜੇ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣਗੀਆਂ, ਮਾਵਾਂ ਨੂੰ ਦਿੱਤੀਆਂ ਦੁਆਵਾਂ ਰੁਲ ਜਾਣਗੀਆਂ। ਇਸ ਕਰਕੇ ਸਾਰੇ ਜਿਹੜੇ ਗੱਲ ਕਰਦੇ ਹਾਂ ਕਿ ਜੀ ਬੋਲੀ ਹੈ ਉਹ ਸਭ ਤੋਂ ਜ਼ਰੂਰੀ ਹੈ। ਬੋਲੀ ਨਾਲ ਸਾਡਾ ਸੱਭਿਆਚਾਰ ਜੁੜਿਆ ਹੋਇਆ, ਸਾਡਾ ਸੰਸਕਾਰ ਜੁੜੇ ਹੋਇਆ, ਸਾਡਾ ਪਿਛੋਕੜ ਜੁੜਿਆ ਹੋਇਆ। ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਬਾਰੇ ਨਹੀਂ ਦੱਸਾਂਗੇ, ਆਪਣੇ ਸੰਸਕਾਰ ਹੀ ਨਹੀਂ ਦਿਆਂਗੇ, ਅਸੀਂ ਕੀ ਨੈਤਿਕਤਾ ਸਿਖਾਵਾਂਗੇ ਉਹਨਾਂ ਨੂੰ। ਅਸੀਂ ਇਹੀ ਸਾਰਿਆਂ ਦੀ ਕੋਸ਼ਿਸ਼ ਸੀਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਕਿਵੇਂ ਜੋੜਨਾ ਹੈ। ਇਕੱਲੇ ਬੰਦੇ ਦਾ ਕੰਮ ਨਹੀਂ, ਜਦੋਂ ਅਸੀਂ ਜਿਹੜੇ ਚੰਗੇ ਚੰਗੇ ਵਿਦਵਾਨ ਹੈ ਉਹਨਾਂ ਨੂੰ ਉਹਨਾਂ ਕੋਲੋਂ ਸੁਣਦੇ ਹਾਂ, ਉਹਨਾਂ ਦੀ ਗੱਲਾਂ ਬਾਤਾਂ ਸੁਣਦੇ ਹਾਂ ਨਾ, ਅਤੇ ਸੰਵਾਦ ਵਿੱਚ ਆਉਂਦੇ ਹਾਂ, ਜਦੋਂ ਇੱਕ ਸੰਵਾਦ ਰਚਦਾ ਉਹਦੇ 'ਚੋਂ ਕੋਈ ਨਾ ਕੋਈ ਹੱਲ ਨਿਕਲਦਾ। ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੀ ਇਹ 16-17-18 ਨੂੰ 3 ਦਿਨ ਦੀ ਕਾਨਫਰੰਸ ਸੀਗੀ, ਇਹਦੇ ਵਿੱਚ ਸਾਰੇ ਰੰਗ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ। ਯੂਥ ਨੂੰ ਵੀ ਨਾਲ ਜੋੜਿਆ, ਕਿਉਂਕਿ ਸਾਡੀ ਯੂਥ ਦੀ ਪ੍ਰਧਾਨ ਰੋਬਰਦੀਪ ਸੈਣੀ, ਉਹਦੀ ਡਿਊਟੀ ਲਾਈ ਸੀ ਕਿ ਤੂੰ ਅਸਾ ਯੂਥ ਦੀ ਦੇਖ, ਉੱਥੇ ਯੂਥ ਨੂੰ ਪ੍ਰੋਬਲਮ ਕੀ ਹੈ। ਇਕੱਲੀ ਆਪਾਂ ਪੰਜਾਬੀ ਬੋਲੀ ਦੀ ਗੱਲ ਨਹੀਂ ਕੀਤੀ ਇਸ ਕਾਨਫਰੰਸ ਵਿੱਚ, ਪੰਜਾਬੀ ਬੋਲੀ ਤਾਂ ਗੱਲ ਤਾਂ ਹੋਈ ਹੈ, ਉਸ ਤੋਂ ਪੰਜਾਬੀ ਬੱਚੇ ਆਏ ਉਹਨਾਂ ਦੀਆਂ ਸਮੱਸਿਆਵਾਂ, ਇੰਟਰਨੈਟ ਸਟੂਡੈਂਟ ਸਮੱਸਿਆ, ਉਹਨਾਂ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਸਾਡਾ ਸੱਭਿਆਚਾਰ ਵੀ ਦਰਸਾਇਆ ਗਿਆ ਹੈ, ਗਿੱਧਾ, ਭੰਗੜਾ, ਜਾਗੋ, ਉਹ ਵੀ ਬੀਬੀਆਂ ਵੱਲੋਂ ਕੀਤਾ ਗਿਆ ਹੈ, ਤਾਂ ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਜੋ ਪੰਜਾਬੀ ਰੰਗ ਉਹ ਸਾਰੇ ਦਿਖਾਏ ਜਾਣ ਕਾਨਫਰੰਸ ਦੇ ਵਿੱਚ, ਔਰ ਸਾਰਿਆਂ ਦੇ ਜਿਹੜੇ ਇਕੱਲੀਆਂ ਇੱਕ ਸੀਰੀਅਸ ਦੀਆਂ ਗੱਲਾਂ ਨਾਲ ਕਰਕੇ ਅਸੀਂ ਚਲੇ ਜਾਈਏ, ਕਿਉਂਕਿ ਸਾਡਾ ਸੀਰੀਅਸ ਮੁੱਦਾ ਹੈ। ਜੇ ਅਸੀਂ ਉਹ ਸੀਰੀਅਸ ਮੁੱਦੇ ਨੂੰ ਬੜੇ ਸੀਰੀਅਸ ਹੋ ਗੱਲ ਕਰਾਂਗੇ ਨਾ, ਉੱਥੇ ਕਈ ਵਾਰ ਅਸਰ ਨਹੀਂ ਹੁੰਦਾ। ਜਿਸ ਨੂੰ ਹਲਕੇ ਫੁਲਕੇ ਲੈ ਕੇ ਆਪਾਂ ਉਹਨੂੰ ਸੀਰੀਅਸ ਹੋ ਕੇ ਅਤੇ ਹਲਕਾ ਫੁਲਕਾ ਲੈ ਕੇ ਅਤੇ ਕੰਮ ਕਰਦੇ ਹਾਂ ਨਾ, ਅਤੇ ਉਹ ਕੰਮ 'ਚ ਕਾਮਯਾਬ ਹੋ ਜਾਣੇ। ਕੋਸ਼ਿਸ਼ ਕਰਾਂ ਕਿ ਬੱਚਿਆਂ ਨੂੰ ਵੀ ਇਸ ਤਰ੍ਹਾਂ ਹੀ ਜ਼ਿਆਦਾ ਸੀਰੀਅਸ ਨਾਲ ਲੈ ਕੇ, ਹਲਕੀਆਂ ਫੁਲਕੀਆਂ ਉਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਇਸ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਜਾਵੇ, ਤਾਂ ਕਿ ਸਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣਗੇ। ਜੇ ਬੱਚੇ ਪੰਜਾਬੀ ਨਾਲ ਜੁੜੇ ਰਹਿਣਗੇ ਤਾਂ ਮੇਰਾ ਖਿਆਲ ਸਾਡੀ ਗੁਰਬਾਣੀ ਨਾਲ ਜੁੜਨਗੇ। ਬਿਲਕੁਲ, ਸਾਡੇ ਗੁਰੂ ਸਾਹਿਬਾਂ ਨੇ ਸਾਡੇ 'ਤੇ ਨਾ ਇਸ ਪੰਜਾਬੀ ਮਾਂ ਬੋਲੀ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੋਇਆ ਕਿ ਮਾਣ ਬਖਸ਼ਤਾ ਇਸ ਨੂੰ। ਬੋਲੀਆਂ ਹੋਰ ਵੀ ਬਹੁਤ ਸੀ ਉਦੋਂ, ਬਹੁਤ ਬੋਲੀਆਂ ਸੀਗੀਆਂ, ਪਰ ਗੁਰੂ ਸਾਹਿਬ ਨੇ ਮਾਂ ਬੋਲੀ ਪੰਜਾਬੀ ਚੁਣੀ। ਜਦੋਂ ਅਸੀਂ ਕਈ ਵਾਰ ਗੱਲ ਕਰਦੇ ਹਾਂ ਸਾਨੂੰ ਕਿਸੇ ਵੇਲੇ ਇਸ ਦਾ ਅਹਿਸਾਸ ਹੋ ਜਾਂਦਾ ਲੋ ਇਹ ਬੋਲੀ ਕਿਤੇ ਨਹੀਂ ਜਾਂਦੀ, ਕਿਉਂਕਿ ਗੁਰੂ ਗ੍ਰੰਥ ਇਹਦੇ 'ਚ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਇਸ ਨੂੰ ਹਲਕਾ ਨਾ ਲਈਏ। ਦੇਖੋ, ਆਪਾਂ ਇਹ ਕਹਿ ਦਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਕਿ ਕਿਤੇ ਨਾ ਜਾਵੇ, ਨਹੀਂ ਜਾ ਸਕਦੀ, ਸਾਡੀ ਗੁਰਬਾਣੀ ਰਚੀ ਗਈ ਹੈ। ਪਰ ਜੈਸੀ ਸਾਵਲੇ ਗੁਰੂ ਗੋਬਿੰਦ ਸਿੰਘ ਨੇ ਸੰਸਕ੍ਰਿਤ ਕਿੰਨੇ ਸਲੋਕ ਲਿਖੇ ਸੀਗੇ, ਅੱਜ ਸੰਸਕ੍ਰਿਤ ਕਿੱਥੇ ਹੈ? ਇਕੱਲਾ ਇਹੀ ਉਦਾਹਰਨ ਮੰਨ ਲਈਏ ਕਿ ਪੰਜਾਬੀ ਬੋਲੀ ਨੂੰ ਕੁਛ ਨਹੀਂ ਹੋਣ ਲੱਗਾ, ਇਹ ਸਾਡੇ ਗੁਰੂਆਂ ਦੀ ਬੋਲੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਇਹਦੇ 'ਚ ਹੈ। ਪਰ ਗੁਰੂ ਗ੍ਰੰਥ ਸਾਹਿਬ ਤਾਂ ਹੈ, ਪਰ ਗੁਰੂ ਗ੍ਰੰਥ ਨੂੰ ਪੜ੍ਹਨ ਵਾਲਾ ਕਿਹੜਾ ਬਚੇਗਾ? ਜੇ ਸਾਡੀ ਬੋਲੀ ਨਾ ਬਚੀ, ਸਾਡੇ ਬੱਚਿਆਂ ਨੇ ਬੋਲੀ ਸਿੱਖੀ ਨਾ, ਅਗਲੀ ਪੀੜ੍ਹੀ ਤੱਕ ਗਈ ਨਾ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਕੀ ਫਾਇਦਾ ਹੋਵੇ ਜਿਹੜੀ ਐਡੀ ਰੱਬੀ ਬਾਣੀ ਗੁਰੂ ਸਾਹਿਬ ਸਾਡੇ ਰਚ ਕੇ ਗਏ ਆ? ਜੇ ਸਾਨੂੰ ਅੱਜ ਜਪਜੀ ਦੀ ਲੋੜ ਹੈ, ਰਹਿਰਾਸ ਦੀ ਲੋੜ ਹੈ, ਆਨੰਦ ਸਾਹਿਬ ਦੀ ਲੋੜ ਹੈ, ਕੀਰਤਨ ਸੋਹਲੇ ਦੀ ਲੋੜ ਹੈ, ਕੀ ਸਾਡੇ ਬੱਚਿਆਂ ਨੂੰ ਲੋੜ ਨਹੀਂ? ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਸਾਡੇ ਬੱਚੇ ਇਸ ਨਾਲ ਜੁੜਨ, ਆਪਣੀ ਮਾਂ ਬੋਲੀਆਂ ਜੁੜਨ। ਹੋ ਸਕਦਾ ਸਾਡੀ ਇਸ ਕਾਨਫਰੰਸ ਦਾ ਜੋ ਅਸੀਂ ਆਪਣੀ ਉਮੀਦ ਲਾ ਕੇ ਬੈਠੇ ਹਾਂ, ਕਿਤੇ ਨਾ ਕਿਤੇ ਅਸਰ ਜ਼ਰੂਰ ਹੋਏਗਾ। ਜੇ ਅਸੀਂ ਇੱਥੇ ਹਾਲ 'ਚ 200-400 ਲੋਕ ਬੈਠਦੇ ਹਾਂ, ਇਹ ਨਹੀਂ ਕਿ ਸਾਡਾ ਜਿਹੜਾ ਮੈਸੇਜ ਜਿਹੜਾ ਤੁਸੀਂ ਸੰਦੇਸ਼ ਸਾਡਾ ਲੱਖਾਂ ਲੋਕਾਂ ਤੱਕ ਪਹੁੰਚਾਉਂਦੇ ਹੋ। ਮੀਡੀਆ ਜਿਹੜਾ ਅੱਜ ਕੱਲ੍ਹ ਬਹੁਤ ਵੱਡਾ ਇਹਦਾ ਹੱਥ ਹੁੰਦਾ ਕਿਸੇ ਵੀ ਚੀਜ਼ ਨੂੰ ਅੱਗੇ ਲਿਜਾਣ ਅਤੇ ਪਿੱਛੇ ਲਿਆਉਣ 'ਚ, ਔਰ ਅਸੀਂ ਇਹ
ਉਮੀਦ ਕਰਦੇ ਕਿ ਜਿਹੜਾ ਸਾਡਾ ਇਹ ਕਾਨਫਰੰਸ ਹੈ ਇਸ ਨੂੰ ਪੋਜ਼ਿਟਿਵ ਲੈਂਦੇ ਹਾਂ ਕਿ ਜੋ ਤੁਸੀਂ ਦੇਖਿਆ ਉਹ ਤੁਸੀਂ ਲੋਕਾਂ ਨੂੰ ਦਿਖਾਓਗੇ, ਜੇ ਇਹਦੇ ਕੋਈ ਚੰਗੀ ਚੀਜ਼ ਹੋਗੀ ਲੋਕ ਜ਼ਰੂਰ ਸਿੱਖਣਗੇ, ਕਿਉਂਕਿ ਜਿਹੜੀ ਚੀਜ਼ ਸਿੱਖਣ ਨੂੰ ਮਿਲਦੀ ਹੈ, ਜਿਹੜੇ ਸਾਡੇ ਵਿਦਵਾਨ ਆਏ ਸੀ ਬਹੁਤ ਹੀ ਚੰਗੇ ਵਿਦਵਾਨ ਸੀਗੇ। ਔਰ ਇਹ ਦੇਖੋ ਕਿ ਤੁਸੀਂ ਵੀ ਇਹ ਨੋਟਿਸ ਕੀਤਾ ਹੋਣਾ ਕਿ ਇੱਕ ਆਪਾਂ ਹਾਲ 'ਚ ਬੈਠ ਕੇ ਔਰ 200-250 ਬੰਦਾ ਜੇ ਬੈਠਾ ਹੁੰਦਾ ਤਾਂ ਪਿੰਡ ਔਰ ਸਾਇਲੈਂਟ ਹੋਵੇ ਔਰ ਸਵੇਰੇ 10 ਵਜੇ ਨਾਸ਼ਤਾ ਕਰਕੇ ਬਹਿ ਜਾਈਏ ਅਤੇ 3 ਵਜੇ ਤੱਕ ਰੋਟੀ ਵੀ ਨਾ ਮਿਲੇ ਔਰ 5 ਘੰਟੇ ਉੱਠੇ ਵੀ ਕੋਈ ਨਾ, ਬੜੀ ਵੱਡੀ ਗੱਲ ਹੈ। ਮੈਂ ਉੱਥੇ ਆਉਂਦਾ ਸੀ, ਤੁਸੀਂ ਅਰਥ ਵਿਗਿਆਨੀ, ਸਾਇੰਸਦਾਨੀ, ਕੰਪਿਊਟਰ ਸੇਵੀ ਔਰ ਜਿੱਦਾਂ ਪੰਨੂ ਸਾਹਿਬ ਸਭ ਤੋਂ ਜ਼ਿਆਦਾ ਮਾਹਰ ਜਿਨ੍ਹਾਂ ਨੇ ਪੰਜਾਬੀ 'ਤੇ ਕੰਮ ਕੀਤਾ, ਇਲੈਕਟ੍ਰੋਨਿਕਸ 'ਤੇ ਕੰਮ ਕੀਤਾ ਉਹਨਾਂ ਨੇ ਔਰ ਕਈ ਬੱਚਿਆਂ ਨੇ ਜਿਹੜੀ ਪੰਜਾਬੀ ਸਿੱਖੀ ਕੈਨੇਡਾ ਦੇ ਵਿੱਚ ਔਰ ਤੀਜੀ ਭਾਸ਼ਾ ਪੰਜਾਬੀ ਇੱਥੇ ਹੋਣੀ ਇੰਡੀਆ ਤੋਂ ਬਾਅਦ। ਹਾਲਾਂਕਿ ਪੰਜਾਬ ਦੀ ਗੱਲ ਕਰੀਏ ਤਾਂ ਲਕਸ਼ਮਣ ਸਿੰਘ ਗਿੱਲ ਜਦੋਂ ਮੁੱਖ ਮੰਤਰੀ ਬਣਦੇ ਆ ਉਹ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਆ ਕਿ ਰਾਜ ਭਾਸ਼ਾ ਸਾਡੀ ਪੰਜਾਬੀ ਹੋਣੀ ਚਾਹੀਦੀ ਹੈ, ਪਰ ਉਹ ਨੋਟੀਫਿਕੇਸ਼ਨ ਧੂੜਾਂ ਵਾਲੀਆਂ ਫਾਈਲਾਂ ਦੇ ਵਿੱਚ ਹੀ ਪਿਆ। 6 ਮਤੇ ਤੁਸੀਂ ਪਾਸ ਕਰਨੇ ਔਰ ਇਸ ਤੋਂ ਬਾਅਦ 21 ਜੂਨ ਨੂੰ ਤੁਸੀਂ ਇੰਟਰਨੈਸ਼ਨਲ ਕਾਨਫਰੰਸ ਜਿਹੜੀਆਂ ਉਹਦੀ ਵੀ ਅਗਲੀ ਡੇਟ 20-21-22 ਨੂੰ ਔਰ ਪਾਕਿਸਤਾਨ ਦੇ ਵਿੱਚ ਕਰਨਾ। ਇਹ ਦੋ ਪੰਜਾਬਾਂ ਨੂੰ ਜੋੜਨ ਦੀ ਗੱਲ ਜਾਂ ਪੂਰੇ ਡਾਇਸਪੋਰਾ ਦੀ ਜਿਹੜੀ ਗੱਲ ਹੈ ਉਹ ਤੁਸੀਂ ਇਸ ਮੰਚ ਤੋਂ ਕੀਤੀ ਹੈ, ਹੁਣ ਤੁਹਾਡੀ ਤਵੱਕੋ ਕੀ ਹੈਗੀ ਹੈ? ਜਿਹੜਾ ਕੁਛ ਕਰਨਾ ਸੀ ਇੱਕ ਨਵਾਂ ਕੀਰਤੀਮਾਨ ਨਵਾਂ ਮੀਲ ਪੱਥਰ ਤੁਸੀਂ ਸਿਰਜ ਦਿੱਤਾ ਔਰ ਇਹ ਕਾਰਵਾਂ ਅੱਗੇ ਵੱਧਦਾ ਰਹੇ, ਇਹ ਕਿੰਨੇ ਕੁ ਮਨ ਦਾ ਚਾਅ ਹੈ? ਦੇਖੋ ਜਦੋਂ ਕੋਈ ਵੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਨਾ ਉਹ ਤੁਰਦਾ ਇਕੱਲਾ ਹੀ ਹੈ, ਔਰ ਜਦੋਂ ਇਕੱਲਾ ਤੁਰਦਾ ਕੋਈ ਚੰਗਾ ਕੰਮ ਕਰਦਾ ਲੋਕ ਉਸਨੂੰ ਚੰਗਾ ਕਹਿਣ ਤਾਂ ਚੰਗਾ ਹੁੰਦਾ, ਆਪਣੇ ਵੱਲੋਂ ਸਾਰੇ ਚੰਗਾ ਕਰਦੇ ਆ, ਪਰ ਚੰਗਾ ਹੁੰਦਾ ਜਿਸਨੂੰ ਲੋਕ ਚੰਗਾ ਕਹਿਣ। ਔਰ ਸਾਡਾ ਕਾਰਵਾਂ ਜਦੋਂ ਸ਼ੁਰੂ ਹੋਇਆ ਮੈਨੂੰ ਪਤਾ ਕਿ ਇਹਦੀ ਕੋਈ ਉਮਰ ਜ਼ਿਆਦਾ ਲੰਬੀ ਨਹੀਂ ਵਿਸ਼ਵ ਪੰਜਾਬੀ ਸਭਾ ਦੀ, ਅਸੀਂ ਜਨਵਰੀ ਸ਼ੁਰੂ ਕੀਤੀ ਸੀ, 1.5 ਸਾਲ ਹੀ ਹੋਇਆ ਹਾਲੇ, ਉਹ 1.5 ਸਾਲ ਦੇ ਵਿੱਚ ਸਾਡੀ ਸਾਰੀ ਹੀ ਪਰਿਵਾਰ ਹੀ ਮੈਂ ਕਹਿੰਦਾ ਟੀਮ ਤਾਂ ਕਹਿੰਦਾ ਹੀ ਨਹੀਂ, ਕੋਈ ਟੀਮ ਕਹਿ ਬਹੁਤ ਛੋਟੀ ਗੱਲ ਹੋ ਜਾਂਦੀ ਹੈ, ਅਤੇ ਸਾਡਾ ਸਾਰਾ ਵਿਸ਼ਵ ਪੰਜਾਬੀ ਸਭਾ ਦਾ ਪਰਿਵਾਰ ਇਹਨਾਂ ਬਹੁਤ ਮਿਹਨਤ ਕੀਤੀ, ਇਹਨਾਂ ਨੇ ਸਿਰਫ ਅਸੀਂ ਇਕੱਲੀ ਪੰਜਾਬੀਅਤ ਦੀ ਗੱਲ ਨਹੀਂ ਕੀਤੀ, ਇਨਸਾਨੀਅਤ ਦੀ ਗੱਲ ਵੀ ਨਾਲ ਕੀਤੀ ਹੈ। ਪੰਜਾਬ ਦੇ ਵਿੱਚ ਸਾਡੇ ਜਿਹੜੀ ਟੀਮ ਹੈ, ਸਾਡਾ ਪਰਿਵਾਰ ਹੈ, ਉੱਥੇ ਉਹਨਾਂ ਦੇਖਿਆ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਪਹਿਲਾਂ ਅਸੀਂ ਉੱਥੇ 25 ਆਈ ਕੈਂਪ ਲਾਉਣ ਦੇ ਜਿਹੜੇ ਕੀਤੇ ਆ, ਉਹਨਾਂ 'ਚ 2 ਆਈ ਕੈਂਪ ਲੱਗ ਚੁੱਕੇ, 23 ਆਈ ਕੈਂਪ ਅਜੇ ਲੱਗਣੇ। ਮੈਂ ਅੱਗੇ ਵੀ ਕਿਹਾ ਸੀ ਕਿ ਜਿਸ ਪਿੰਡ ਦੇ ਵਿੱਚ ਆਈ ਕੈਂਪ ਦੀ ਜ਼ਰੂਰਤ ਹੋਵੇ ਉੱਥੇ ਬਿਨਾਂ ਕਿਸੇ ਪੈਸੇ ਤੋਂ ਅਸੀਂ ਉੱਥੇ ਆਈ ਕੈਂਪ ਲਾਵਾਂਗੇ, ਕਿੰਨੇ ਵੀ ਲੋਕਾਂ ਦੇ ਆਪਰੇਸ਼ਨ ਕਰਨੇ ਪੈਣ ਅਸੀਂ ਕਰਾਂਗੇ, ਕਿਸੇ ਨੂੰ ਉੱਥੇ ਪੈਸਾ ਵੀ ਖਰਚਣ ਦੀ ਲੋੜ ਨਹੀਂ। ਈਵਨ ਜੇ ਉਹ ਆਪਰੇਸ਼ਨ ਅਸੀਂ ਜੋ ਉਸ ਪਿੰਡ ਨਹੀਂ ਕਰਦੇ ਉੱਥੋਂ ਪੇਸ਼ੈਂਟ ਨੂੰ ਲਿਆ ਕੇ, ਮਰੀਜ਼ ਨੂੰ ਲਿਆ ਕੇ ਲੁਧਿਆਣੇ ਵੀ ਕਰਦੇ ਹਾਂ, ਉਹੀ ਬੱਸ ਸਾਡੀ ਲੈ ਕੇ ਆਉਂਦੀ ਹੈ, ਉੱਥੇ 2-3 ਦਾ ਰਹਿਣਾ ਪੈਂਦਾ, ਉਹਦਾ ਵੀ ਖਰਚਾ ਕਿਸੇ ਦਾ ਨਹੀਂ ਹੁੰਦਾ, ਹੋਸਟਲ ਵੀ ਰਹਿਣ ਦਾ ਵੀ, ਚਾਹੇ ਉਹਦੇ ਨਾਲ ਪਰਿਵਾਰ ਦਾ ਕਰਦਾ, ਉਹ ਜੀਵ ਰਹਿਣਾ ਚਾਹੀਦਾ, ਰਹਿ ਸਕਦਾ, ਕੋਈ ਖਰਚਾ ਉਹਦਾ ਨਹੀਂ ਹੈਗਾ। ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਇਨਸਾਨ ਹੋਣ ਦੇ ਨਾਤੇ, ਇਨਸਾਨੀਅਤ ਦੇ ਨਾਤੇ, ਥੋੜ੍ਹੀ ਬਹੁਤੀ ਨਾਲ ਇਨਸਾਨੀਅਤ ਵਰਤ ਕੇ ਇਨਸਾਨੀਅਤ ਦੀ ਸੇਵਾ ਹੋ ਸਕੇ। ਪੰਜਾਬੀ ਮਾਂ ਬੋਲੀ ਸੇਵਾ ਅਸੀਂ ਨਹੀਂ ਕਰ ਸਕਦੇ, ਕਈ ਵਾਰ ਕਹਿੰਦੇ ਪੰਜਾਬੀ ਮਾਂ ਸੇਵਾ ਕਰਦੀ, ਇਹਦਾ ਤਾਂ ਕਰਜ਼ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ। ਅੱਜ ਜੇ ਮੈਂ ਖੜ੍ਹਾ ਸਾਹਮਣੇ ਐਜ਼ ਏ ਪੰਜਾਬੀ ਤੁਹਾਡੇ ਸਾਹਮਣੇ ਖੜ੍ਹਾ, ਅਤੇ ਮੈਂ ਤਾਂ ਸਮਝਦਾ ਕਿ ਅਸੀਂ ਜਿਹੜਾ ਥੋੜ੍ਹਾ ਕਰਜ਼ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸ਼ਾਇਦ ਅਸੀਂ ਇਸ ਜਨਮ 'ਚ ਲਾ ਸਕੀਏ, ਇਹੀ ਕੋਸ਼ਿਸ਼ ਹੈ। ਔਰ ਮਾਂ ਬੋਲੀ ਪੰਜਾਬੀ ਨੂੰ ਜਿੰਨਾ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰ ਸਕੀਏ ਉਹ ਕਰੀਏ, ਔਰ ਰਲ ਮਿਲ ਕੇ ਹੋ ਸਕਦਾ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਮੈਂ ਜਦੋਂ ਸਾਡੇ 'ਤੇ ਜਦੋਂ ਮੈਂ ਸ਼ੁਰੂ ਕੀਤੀ ਸੀ ਤਾਂ ਮੈਂ ਇੱਕ TV ਇੰਟਰਵਿਊ ਵਿੱਚ ਮੈਨੂੰ ਕਹਿਣ ਲੱਗੇ ਜਿਹੜੀ ਕਾਨਫਰੰਸ ਇੱਥੇ ਹੁੰਦੀ ਹੈ ਇਹਨਾਂ ਦਾ ਮਤਲਬ ਕੀ ਹੈ। ਮੈਂ ਖੈਰ ਮਤਲਬ ਤਾਂ ਖੈਰ ਤੁਸੀਂ ਸਾਰੇ ਦੱਸੋਗੇ, ਸਾਡਾ ਤਾਂ ਅਸੀਂ ਕਰਵਾਉਣੇ ਜ਼ਿਲ੍ਹੇ ਸੋਚ ਕੇ ਕਰਦੇ ਹਾਂ ਕਿ ਅਸੀਂ ਮਾਂ ਬੋਲੀ ਪੰਜਾਬੀ ਵਾਸਤੇ ਕੰਮ ਕਰ ਰਹੇ ਹਾਂ। ਕਹਿੰਦੇ ਜੀ ਕਈ ਵਾਰ ਅਸੀਂ ਸੋਚਿਆ ਕਿ ਜਿਹੜੇ ਲੋਕ ਉੱਥੇ ਕੋਈ ਸਪੋਂਸਰ ਉੱਤੇ ਬੰਦੇ ਮੰਗਵਾਉਂਦੇ ਆ ਉਹਨਾਂ ਕੋਲੋਂ ਪੈਸੇ ਲੈਂਦੇ ਆ, ਮੈਂ ਕਿਹਾ ਜੀ ਮੈਂ ਇਸ ਬਾਰੇ ਕੁਛ ਨਹੀਂ ਕਹਾਂਗਾ, ਜਿਹੜੇ ਸਾਡੇ ਬੰਦੇ ਇੱਥੇ ਆਉਣਗੇ ਜਾਂ ਜਿਨ੍ਹਾਂ ਨੂੰ ਸਪੋਂਸਰ ਭੇਜੀਆਂ ਹੋਈਆਂ ਉਹ ਤੁਹਾਨੂੰ ਜ਼ਿਆਦਾ ਦੱਸ ਸਕਦੇ ਆ, ਕਿਉਂਕਿ ਮੈਂ ਤਾਂ ਕਹਾਂਗਾ ਨਹੀਂ, ਪਰ ਉਹ ਸੱਚ ਤਾਂ ਜੇ ਤੁਸੀਂ ਉਹਨਾਂ ਕੋਲੋਂ ਪੁੱਛੋ ਕਿ ਉਹ ਕੀ ਕਹਿੰਦੇ ਆ। ਮੈਂ ਆਪਣੀ ਹੋਰ ਕਿਸੇ ਸੰਸਥਾ ਦੀ ਗੱਲ ਨਹੀਂ ਕਰਦਾ, ਸਿਰਫ ਵਿਸ਼ਵ ਪੰਜਾਬੀ ਸਭਾ ਦੀ ਗੱਲ ਕਰਦਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਈਵਨ ਜਿਹੜੇ ਲੋਕਾਂ ਨੂੰ ਸਪੋਂਸਰ ਕੀਤਾ ਜਾਂਦਾ
ਉੱਥੋਂ ਆਉਣ ਵਾਸਤੇ ਸਪੋਂਸਰ ਭੇਜੀ ਜਾਂਦੀ, ਕਿਸੇ ਕੋਲ ਇੱਕ ਪੈਸਾ ਨਹੀਂ ਲਿਆ ਜਾਂਦਾ। ਵਿਸ਼ਵ ਪੰਜਾਬੀ ਸਭਾ ਦੇ ਮੈਂਬਰ ਬਣਨ ਵਾਸਤੇ ਇੱਕ ਰੁਪਈਆ ਫੀਸ ਨਹੀਂ ਹੈ, ਨਾ ਇੰਡੀਆ ਵਿੱਚ ਨਾ ਇੱਥੇ। ਮੈਂ ਆਪਣਾ ਦਸਵੰਧ ਕੱਢਦਾ, ਮਹਾਰਾਜ ਕਿਰਪਾ ਨਾਲ ਜੋ ਨੇ ਦਿੱਤਾ ਦਸਵੰਧ ਕੱਢ ਕੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦਾ। ਉਹ ਇਸ 'ਤੇ ਕਿਸੇ ਦੀ ਕੁੰਗਲ ਨਹੀਂ ਖੜੀ ਕਰ ਸਕਦਾ। ਮੈਂ ਜ਼ਿੰਮੇਵਾਰ ਜੇ ਕਹੇ ਕਿ ਵਿਸ਼ਵ ਪੰਜਾਬੀ ਸਭਾ ਨੇ ਕਿਸੇ ਰੁਪਈਆ ਵੀ ਅੱਜ ਵੀ ਤੁਸੀਂ ਦੇਖਿਆ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ, ਮੇਰੇ ਕੋਲ 3 ਜਣੇ ਆਏ ਸੀ, ਮੈਂ ਉਹਨੂੰ ਜਾਣਦਾ ਵੀ ਨਹੀਂ, ਅਤੇ ਮੈਨੂੰ ਅੰਦਰ ਲੈ ਕਹਿੰਦੇ ਜੀ ਤੁਸੀਂ ਚੇਅਰਮੈਨ ਹੋ ਇਹਦੇ। ਮੈਂ ਕਿਹਾ ਹਾਂਜੀ। ਕਹਿੰਦੇ ਅਸੀਂ ਡੋਨੇਸ਼ਨ ਦੇਣੀ। ਮੈਂ ਕਾਹਦੀ? ਕਹਿੰਦੇ ਕਾਨਫਰੰਸ ਤੁਸੀਂ ਕਰਵਾਈ ਹੈ, ਅਸੀਂ $100 ਦੇਣਾ। ਮੈਂ ਕਹਿੰਦਾ ਮੈਨੂੰ ਲੋੜ ਨਹੀਂ ਹੈ, ਲੋੜ ਹੀ ਮੈਂ ਜ਼ਰੂਰ ਕਹਾਂਗਾ। ਮੈਂ ਤੁਹਾਨੂੰ ਇਹ ਕੁਸ਼ਚਨ ਤਾਂ ਨਹੀਂ ਪੁੱਛਿਆ ਕਿ ਮੈਂ ਜੋ 3 ਦਿਨਾਂ ਦੇ ਵਿੱਚ ਫੀਲ ਕੀਤਾ, ਔਰ ਪਿਛਲੇ ਸਾਲ ਡੇਢ ਸਾਲ ਤੋਂ ਤੁਹਾਨੂੰ ਮੈਂ ਫੋਲੋ ਵੀ ਕਰ ਰਿਹਾ, ਅਤੇ ਮੈਂ ਖੁਦ ਉਸ ਗੱਲ ਦਾ ਗਵਾਹ ਵੀ ਹੈਗਾ, ਸਬੂਤ ਵੀ ਹੈਗਾ, ਅਤੇ ਜਿਵੇਂ ਕਹਿੰਦੇ ਮੈਂ ਤਾਂ ਨਹੀਂ ਪੁੱਛਿਆ। ਸੋ ਇੱਕ ਨਵਾਂ ਨਵੇਕਲਾ ਉਪਰਾਲਾ ਹੈਗਾ, ਤੁਸੀਂ ਤੁਹਾਡਾ ਸ਼ਡਿਊਲ ਵੀ ਸਾਰਾ ਦਿਨ ਬਿਜ਼ੀ, ਸਵੇਰ ਤੋਂ ਸ਼ਾਮ ਤੱਕ ਵਰਕਿੰਗ ਆਵਰ ਵੀ ਮਿਲਦਾ, 18-20 ਘੰਟੇ ਤੁਸੀਂ ਕੰਮ 'ਚ ਬਿਤਾਉਂਦੇ ਹੋ, ਪਰ ਇਸ ਦੇ ਬਾਵਜੂਦ ਵੀ ਤੁਹਾਡੇ ਮਨ ਨੂੰ ਅੱਜ ਤਸੱਲੀ ਹੋਈ ਹੈ ਕਿ ਜਿਹੜਾ ਤੁਸੀਂ ਸੁਪਨਾ ਸਿਰਜਿਆ ਸੀ ਉਹ ਇੱਕ ਦਰਖਤ ਬਣ ਗਿਆ? ਦੇਖੋ, ਮੈਨੂੰ ਕਈ ਲੋਕ ਸ਼ੁਦਾਈ ਕਹਿ ਦਿੰਦੇ ਆ ਕਿ ਮੈਂ ਪੰਜਾਬੀ ਦਾ ਸ਼ੁਦਾਈ ਹਾਂ, ਮੈਂ ਹਾਂ। ਕੋਈ ਕੰਮ ਕਰਨ ਵਾਸਤੇ ਤੁਹਾਨੂੰ ਸ਼ਿੱਦਤ ਚਾਹੀਦੀ ਹੈ। ਮੈਂ ਜਦੋਂ ਬਿਜ਼ਨਸ ਸ਼ੁਰੂ ਕੀਤਾ ਵੀ ਸ਼ਿੱਦਤ ਨਾਲ ਕੰਮ ਕੀਤਾ ਸੀ। ਅੱਜ ਮਹਾਰਾਜ ਕਿਰਪਾ ਨਾਲ ਮੇਰੇ ਕੋਲ 6 ਸਟੋਰ ਸਾਰੀਆਂ ਸਟੇਟਾਂ 'ਚ ਨੇ, ਇਕੱਲੇ ਟੋਰਾਂਟੋ 'ਚ ਨਹੀਂ, ਬ੍ਰੈਂਪਟਨ 'ਚ ਹੈ, ਵਿਨੀਪੈਗ ਮੈਨੀਟੋਬਾ 'ਚ ਹੈ, ਅਲਬਰਟਾ 'ਚ ਹੈ, ਐਡਮਿੰਟਨ ਹੈ, ਉਹਦੇ ਬਾਅਦ ਨੋਵਾ ਸਕੋਸ਼ੀਆ 'ਚ ਹੈ। ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਹੈ। ਔਰ ਮੈਂ ਦਸਵੰਧ ਕਰਕੇ ਲਾਈ ਜਾਵਾਂ ਤਾਂ ਕਾਨਫਰੰਸ ਦੀ ਕੋਈ ਐਸੀ ਗੱਲ ਨਹੀਂ, ਇਹੋ ਜਿਹੇ 2-4 ਕਾਨਫਰੰਸ ਆਪਾਂ ਵੈਸੇ ਕਰਵਾ ਸਕਦੇ ਹਾਂ, ਔਰ 2 ਤਾਂ ਅਸੀਂ ਕਰਵਾਉਣੀ ਹਾਂ, ਇੱਕ ਐਸੇ ਇੱਕ ਪਾਕਿਸਤਾਨ, ਅਤੇ ਉਹਦੇ ਵਾਸਤੇ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਪੈਂਦੀ ਕਿਤੋਂ ਵੀ ਲੈਣ ਦੀ। ਮੈਂ ਜਿਵੇਂ ਅੱਜ ਸਵੇਰੇ ਵੀ ਦੱਸਿਆ ਸੀਗਾ ਕਿ ਜਦੋਂ ਮੈਂ ਓਪਰੇਸ਼ਨਾਂ ਦੀ ਗੱਲ ਵੀ ਕੀਤੀ ਸੀ, ਮੈਨੂੰ ਕਿਸੇ ਨੇ ਪੁੱਛਿਆ, ਅਮਨਦੀਪ ਸਿੰਘ ਧਾਮੀ ਕੋਰੀਆ ਤੋਂ ਫੋਨ ਆਇਆ, ਕਹਿੰਦੇ ਕਿ ਤੁਸੀਂ 25 ਓਪਰੇਸ਼ਨ ਇਵੇਂ ਕਹਿ ਤੱਕ 25 ਕੈਂਪ ਲਾਵਾਂਗੇ, ਇਹਦਾ ਖਰਚਾ? ਮੈਂ ਉਹਨੂੰ ਕਿਹਾ ਮੈਂ ਤਾਂ ਕਰ ਹੀ ਨਹੀਂ ਰਿਹਾ ਕੁਛ ਵੀ। ਕਹਿੰਦੇ ਕੌਣ ਕਰੇਗਾ? ਮੈਂ ਕਰਦਾ, ਬਾਬਾ ਹੀ ਹੈ, ਮੇਰਾ ਨਾਂ ਜ਼ਰੂਰ ਹੋ ਜਾਂਦਾ। ਕਹਿੰਦੇ ਬਾਬਾ ਕਿਵੇਂ ਕਰਦਾ, ਸਾਡਾ ਬਾਬਾ ਨਹੀਂ ਕਰਦਾ? ਮੈਂ ਕਹਿੰਦਾ ਬਾਬਾ ਸਭ ਦਾ ਇੱਕ ਹੈ, ਬਾਬਾ ਸਭ ਨੂੰ ਦਿੰਦਾ, ਕਰਦਾ, ਪਰ ਮੈਨੂੰ ਕੋਈ ਐਕਸਟਰਾ ਦੇ ਦਿੰਦਾ ਤਾਂ ਮੈਂ ਐਕਸਟਰਾ ਯੂਜ਼ ਕਰ ਲੈਂਦਾ, ਕੋਈ ਐਸੀ ਗੱਲ ਨਹੀਂ। ਕਹਿੰਦੇ ਫਿਰ ਤੁਸੀਂ ਕਿਵੇਂ ਕਰ ਰਹੇ ਹੋ? ਮੈਨੂੰ ਉਹਨਾਂ ਨੇ ਪੁੱਛਿਆ ਕੁਐਸਚਨ। ਮੈਂ ਦੇਖੋ, ਮੈਂ ਇੱਕ ਸਟੋਰ ਲੈਣ ਚਲ ਗਿਆ ਇੱਥੇ ਵਿਟਬੀ ਨਾਲ, ਅਤੇ ਮੈਂ ਸੋਚ ਕੇ ਗਿਆ ਕਿ ਮੈਨੂੰ ਜੇ ਉਹ ਸਟੋਰ ਦੇਖਿਆ, ਮੈਂ ਲੱਖ ਕੁਡਲ ਦਾ ਸਟੋਰ ਮਿਲ ਗਿਆ ਤਾਂ ਠੀਕ ਹੈਗਾ, ਕੋਈ ਐਸੀ ਗੱਲ, ਸਮਾਨ ਇੰਨਾ ਕੁਛ ਹੈਗਾ ਸੁਧ ਪਿਆ ਹੋਇਆ। ਗੋਰਾ ਸੀ ਮਾਲਕ ਉਹਦਾ, ਮੇਰੇ ਨਾਲ ਗੱਲਬਾਤ ਹੋਈ, ਮੈਂ ਉਹਨੂੰ ਕਿਹਾ ਕੀ ਲੈਣਾ ਤੂੰ? ਕਹਿੰਦਾ 80,000 ਦਾ ਮੁੱਲ ਪਾ ਚੁੱਕੇ ਆ ਲੋਕ, ਪਰ ਮੈਂ ਸਮਾਨ ਹੀ ਦੇਣਾ, ਸਟੋਰ ਨਹੀਂ ਦੇਣਾ। ਮੈਂ ਕਿਹਾ ਸਮਾਨ ਤਾਂ ਦੇਣਾ, ਜੇ ਸਮਾਨ ਸਟੋਰ ਦੇ ਨਾਲ ਹੀ ਮੈਂ ਲੈ ਲਵਾਂ, ਤੂੰ ਮੇਰੇ ਕੋਲ ਕੀ ਲਏਗਾ? ਕਹਿੰਦਾ ਮੈਂ ਦੱਸਾਂਗਾ, ਮੈਂ ਨਾ ਚਾਹੁੰਦਾ ਕਿ 9 ਵਜੇ ਦਾ ਕੰਮ ਇੱਥੇ ਨਾ ਹੋਵੇ। ਮੈਂ ਕਿਹਾ 9 ਵਜੇ ਦਾ ਕੰਮ ਕਰਦਾ ਹੀ ਨਹੀਂ, ਮੇਰਾ ਕੰਮ ਹੀ ਵੈਜੀਟੇਰੀਅਨ ਦਾ, ਗਰੋਸਰੀ ਦਾ ਕੰਮ ਕਰਨਾ ਮੈਂ। ਉਹਦੀ ਵਾਈਫ ਨੂੰ ਕੋਈ ਮੇਰੀ ਗੱਲ ਚੰਗੀ ਲੱਗੀ, ਉਹ ਦੋਨੇ ਜੀ ਗੋਰਾ ਅਤੇ ਗੋਰੀ ਦੋਨੇ ਸਟੋਰ ਵੇਖਣੇ ਇੱਥੇ ਬ੍ਰੈਂਪਟਨ ਆ ਗਏ। ਉਹਨਾਂ ਸਟੋਰ ਦੇਖਿਆ ਮੇਰੇ ਅੰਦਰ ਕਮਰੇ 'ਚ ਬੈਠ ਕੇ ਆਫਿਸ ਦੇ ਵਿੱਚ, ਮੈਨੂੰ ਕਹਿੰਦੇ ਸਟੋਰ ਅਸੀਂ ਤੁਹਾਨੂੰ ਦੇਣਾ, ਦੱਸ ਕਿਵੇਂ ਕਰਨਾ? ਮੈਂ ਕਰਨਾ ਕਿ ਤੁਸੀਂ ਦੇਣਾ ਤਾਂ ਮੈਂ ਲੈਣਾ, ਮੈਂ ਦੱਸੋ ਕੀ ਲੈਣਾ? ਕਹਿੰਦੇ 80,000 ਮੁੱਲ ਪੈ ਗਿਆ। ਮੈਂ ਕਿਹਾ ਮੈਂ 80,000 ਦੇ ਦਿਆਂਗਾ। ਮੈਂ $5 ਕੱਢਿਆ, ਉਹਨੂੰ ਦੇਣ ਲੱਗਾ, ਮੈਨੂੰ ਕਹਿੰਦਾ ਤੇਰੇ ਕੋਲ 80 ਨਹੀਂ ਲੈਣਾ, 60 ਲੈਣਾ। ਮੈਂ ਕਿਹਾ ਤੁਸੀਂ 80 ਮੰਗ ਰਹੇ ਹੋ, ਮੈਂ 80 ਦੇ ਰਿਹਾ, ਤੁਸੀਂ 60 ਲੈਣਾ। ਅਜੇ 60 ਚੋਂ ਵੀ ਉਹਨਾਂ ਨੇ ਮੈਨੂੰ 5 ਮਹੀਨੇ ਸਟੋਰ ਲੈਣ ਹੋ ਗਏ ਆ, ਅਜੇ 35,000 ਗਿਆ, 25 ਅਜੇ ਬਾਕੀ ਉਹਨਾਂ ਦਾ। ਮੈਨੂੰ ਕਹਿੰਦੇ ਕੈਸ਼ ਚਾਹੀਦਾ। ਮੈਂ ਕੈਸ਼ ਰੋਜ਼ ਇਹਨਾਂ ਦਾ ਆਉਂਦਾ ਨਹੀਂ, ਜਿਵੇਂ ਜਿਵੇਂ ਤੁਹਾਨੂੰ ਦੇਈ ਜਾਵਾਂਗਾ, ਪਰ ਉਹਨਾਂ ਮੰਗੀ ਨਹੀਂ ਮੇਰੇ ਕੋਲ ਅਜੇ ਤੱਕ। ਮੈਂ ਜਿਸ ਦਿਨ ਸਟੋਰ ਲਿਆ, ਮੈਂ ਸੋਚ ਕੇ ਮੈਂ $100 ਖਰਚਣਾ, ਉਹ ਸਟੋਰ ਮੈਨੂੰ 60,000 ਮਿਲ ਗਿਆ, $40 ਬਚ ਗਿਆ। ਮੇਰੇ ਦਿਲ 'ਚ ਐਵੇਂ ਇੱਕ ਫੁਰਨਾ ਜਿਹਾ ਫੁਰਿਆ। ਮੈਂ ਕਿਹਾ ਵੀ ਸਾਡੇ ਨਾ ਜਦੋਂ ਵਿਆਸ ਜਾਂਦੇ ਹਾਂ, ਵੱਡੇ ਮਾਰੇ ਅੱਖਾਂ ਦੇ ਪ੍ਰੇਸ਼ਨ ਕਰਾਉਂਦੇ ਹੁੰਦੇ ਸੀ। ਮੈਂ ਇੱਕਦਮ ਮੇਰੇ ਦਿਲ 'ਚ ਆ, ਮੈਂ ਕਿਹਾ ਜਿਹੜੇ ਪੈਸਾ $40,000 ਆਇਆ ਯਾਰ, ਜੇ ਮੈਂ ਦੇਣਾ ਸੀ ਗੋਰੇ ਨੂੰ ਦੇਣਾ ਹੀ ਸੀ, ਕਿਉਂ ਨਾ ਕਿਸੇ ਚੰਗੇ ਕੰਮ 'ਤੇ ਲਿਆ ਜਾਵੇ। ਮੈਂ ਇਸ ਕਰਕੇ $40,000 ਮੇਰੇ ਕੋਲ ਐਕਸਟਰਾ ਜਿਹੜਾ ਆ ਹੀ ਜਾਣਾ, ਕਿਉਂਕਿ ਮੇਰਾ ਬਚਿਆ ਹੀ ਹੋਇਆ, ਕੋਲ ਹੀ ਹੈ। ਅਤੇ ਮੈਂ ਬਲਵੀਰ ਕੌਰ ਰਾਏਕੋਟੀ ਪ੍ਰਧਾਨ ਉਹਨੂੰ ਕਿਹਾ, ਮੈਂ ਕਿਹਾ ਪਤਾ ਕਰ ਉੱਥੋਂ ਆਪਾਂ ਅੱਖਾਂ ਦੇ ਆਪਰੇਸ਼ਨ ਕਰਾਉਣੇ ਕੀ ਲੈਂਦੇ ਉਹਦਾ। ਕਹਿੰਦੀ 1.5 ਤੋਂ 1.5 ਲੱਖ ਰੁਪਏ ਕੈਂਪ ਦਾ ਲੈ ਲੈਂਦੇ ਆ, ਉਹਦੇ 'ਚ 40 ਤੋਂ 50 ਆਪਰੇਸ਼ਨ ਕਰਦੇ ਆ, ਜ਼ਿਆਦਾ ਨਹੀਂ ਕਰਦੇ ਉਹ। ਉਹਨੇ ਸਾਰਾ ਡੇਟਾ ਮੈਨੂੰ ਦੱਸਿਆ,
ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰ, ਡਾਕਟਰ ਸਾਹਿਬ ਮੇਰੀ ਗੱਲ ਹੋਈ, ਉਹਨਾਂ ਦੱਸਿਆ ਮੈਂ ਇਸ ਕਰਕੇ ਇਸ ਤਰ੍ਹਾਂ ਕਰਵਾ ਰਿਹਾ, ਔਰ ਅਸੀਂ ਸਭਾ ਵੱਲੋਂ ਕਰਵਾਉਣਾ ਕੋਈ, ਅਸੀਂ ਕਿਸੇ ਤੋਂ ਫੰਡਿੰਗ ਨਹੀਂ ਲੈਂਦੇ, ਕਿਤੋਂ ਪੈਸਾ ਨਹੀਂ ਦਿਓ। ਡਾਕਟਰ ਸਾਹਿਬ ਮੈਨੂੰ ਕਹਿੰਦੇ ਜੀ ਤੁਹਾਡੇ ਜਿੰਨੇ ਮਰਜ਼ੀ ਓਪਰੇਸ਼ਨ ਹੋਣ, ਚਾਹੇ ਉੱਥੇ 20 ਓਪਰੇਸ਼ਨ, ਚਾਹੇ 200 ਓਪਰੇਸ਼ਨ ਵੀ ਹੋਏਗਾ, ਅਸੀਂ ਫਰੀ ਕਰਾਂਗੇ। ਤੁਹਾਡੇ ਕੋਲ 1 ਲੱਖ ਰੁਪਏ ਸਾਨੂੰ ਖਰਚਾ ਦੇ ਦਿਆ ਕਰੋ। ਮੈਂ 1 ਲੱਖ ਤੁਸੀਂ ਖਰਚਾ ਲੈਣਾ, 25 ਓਪਰੇਸ਼ਨ ਜਿਹੜੇ ਕੈਂਪ ਆ ਮੇਰੇ ਕੋਲ ਤੁਸੀਂ ਬੁੱਕ ਕਰ ਲਓ। ਔਰ ਅੱਜ ਉਹਨਾਂ ਨੇ ਨਵੀਂ ਖਬਰ ਦੱਸੀ ਮੈਨੂੰ, ਜਦੋਂ ਪਰਸੋਂ ਨੂੰ ਪਤਾ ਲੱਗਿਆ ਅਸੀਂ ਕਾਨਫਰੰਸ ਕਰਵਾ ਰਹੇ ਹਾਂ, ਉਹ ਡਾਕਟਰ ਸਾਹਿਬ ਦਾ ਬਲਵੀਰ ਨੂੰ ਫੋਨ ਆ ਕਿ ਜਿਹੜੇ ਤੁਹਾਡੇ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਕਹੀ ਅਸੀਂ 2 ਸਾਲ ਦੇ ਵਿੱਚ ਤੁਹਾਨੂੰ ਦਿੱਤੇ ਆ, 2 ਸਾਲ ਤੁਸੀਂ ਸਾਨੂੰ 25 ਲੱਖ ਹੀ ਦੇਣਾ, ਜਿੰਨੇ ਮਰਜ਼ੀ ਕੈਂਪ ਲਵਾ ਲਓ। ਦੱਸੋ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ? ਇੱਕ ਨਵੀਂ ਅਨਾਊਂਸਮੈਂਟ ਤੁਸੀਂ ਕਰ ਦਿੱਤੀ ਵਿਸ਼ਵ ਪੰਜਾਬੀ ਭਵਨ ਦੇ ਉਸ ਵਿਹੜੇ ਦੇ ਵਿੱਚ ਜਿੱਥੇ ਖੜ੍ਹੇ ਹਾਂ, ਕਿ ਬ੍ਰਹਮਟਨ ਦੇ ਵਿੱਚ ਚਾਹੇ ਕੈਨੇਡਾ ਦੇ ਵਿੱਚ ਕੋਈ ਵੀ ਸੈਮੀਨਾਰ ਕਰਾਉਣਾ ਹੋਵੇ ਤਾਂ ਇਹ ਦਰਬਾਰ ਖੁੱਲ੍ਹਾ, ਇਹ ਹਾਲ ਖੁੱਲ੍ਹਾ, ਅਤੇ ਐਕਸਪੈਂਡ ਕਰ ਰਹੇ ਹੋ ਇੱਥੇ ਲਾਇਬ੍ਰੇਰੀ ਔਰ ਪੰਜਾਬੀ ਬੱਚਿਆਂ ਨੂੰ ਹੋਰ ਵੀ ਕੋਈ ਪ੍ਰਮੋਟ ਕਰਨ ਦੇ? ਅਸੀਂ ਇੱਥੇ ਪਹਿਲੇ ਮੈਂ ਕਿਉਂਕਿ ਆਪਣੇ ਨਾ ਇੱਥੇ ਅਵੇਅਰਨੈਸ ਹੀ ਲੋਕਾਂ 'ਚ ਹੈ, ਮੈਂ ਹੁਣ 3-4 ਵਜੇ ਪਹਿਲੇ ਅਨਾਊਂਸਮੈਂਟ ਕੀਤੀ ਕਿ ਅਸੀਂ ਇੱਥੇ ਪੰਜਾਬੀ ਕਲਾਸਾਂ ਲਾਉਣੀਆਂ ਚਾਹੁੰਦੇ ਹਾਂ, ਮਿਊਜ਼ਿਕ ਸਿਖਾਉਣਾ ਚਾਹੁੰਦੇ ਹਾਂ ਬੱਚਿਆਂ ਨੂੰ, ਤਬਲਾ, ਹਰਮੋਨੀਅਮ, ਮਤਲਬ ਕਿ ਇਸ ਪਾਸੇ ਲਾਉਣਾ ਚਾਹੁੰਦੇ, ਜਿਹੜੇ ਬੱਚੇ ਜਿਹੜਾ ਵਿਹਲਾ ਟਾਈਮ ਹੈ ਨਾ ਇਸ ਪਾਸੇ ਲਾ ਸਕਣ, ਤਾਂ ਕਿ ਦੂਜਿਆਂ ਮਾੜੇ ਕੰਮਾਂ ਤੋਂ ਬਚ ਸਕਣ। ਪਰ ਅਵੇਅਰਨੈਸ ਨਹੀਂ ਹੈਗੀ। ਮੈਂ ਰੇਡੀਓ 'ਤੇ ਵੀ ਕਈ ਵਾਰ ਬੋਲਿਆ, ਮੈਂ ਕਿਸੇ 2 ਬੱਚੇ ਆਏ 2 ਹਫ਼ਤਿਆਂ 'ਚ, ਅਤੇ 2 ਬੱਚਿਆਂ ਵਾਸਤੇ ਟੀਚਰ ਵੀ ਅਤੇ ਸਾਰਾ ਕੁਛ। ਮੈਂ ਜਿਹਨਾਂ 10-15 ਬੱਚੇ ਨਹੀਂ ਹੁੰਦੇ, 2 ਬੱਚੇ ਵੀ ਇੱਕ ਵਾਰ ਮੇਰੇ ਕੋਲ ਆਏ 1 ਹਫ਼ਤੇ, ਅਸੀਂ ਉਹਨੂੰ ਪੰਜਾਬੀ ਦੀ ਕਲਾਸ ਲਵਾਈ। ਮੇਰੇ ਕੋਲ ਇੱਕ ਡਾਕਟਰ ਗੁਰਵੀਰ ਸਿੰਘ, ਮਾਸਟਰ ਗੁਰਵੀਰ ਸਿੰਘ ਹੈਗੇ ਆ, ਉਹ ਮਨਸੂਰੀ ਦੇ ਉੱਥੇ ਸ਼ਿਫਟ ਹੋਏ ਆ, ਉੱਥੇ ਟੀਚਰ ਸੀ, ਰੇਡੀਓ ਕਰਦੇ ਹੁੰਦੇ ਸੀ, ਖੁਸ਼ੀ ਰੇਡੀਓ, ਇੱਥੇ ਖੁਸ਼ੀ ਰੇਡੀਓ ਕਰਦੇ ਆ। ਮੈਨੂੰ ਕਹਿੰਦੇ ਮੈਂ ਫਰੀ ਆਫ ਕੋਸਟ ਤੁਹਾਡੀ ਸੇਵਾ ਕਰਾਂਗਾ, ਜਿਹਦੇ ਕੋਲ ਬੱਚੇ ਹੋਣ ਮੈਂ ਪੰਜਾਬੀ ਪੜ੍ਹਾ ਸਕਦਾ। ਮੈਂ ਅਨਾਊਂਸ ਕਰਤਾ ਮੈਂ ਜਗ੍ਹਾ ਸਾਡੇ ਕੋਲ ਹੈਗੀ, ਪੜ੍ਹਾਉਣ ਤੁਸੀਂ ਤਿਆਰ ਹੋ, ਉਹਨਾਂ ਬੱਚੇ ਲੈ ਜਾਣ। ਮੇਰੇ ਕੋਲ ਸਿਰਫ 2 ਬੱਚੇ ਆਏ ਜੀ, 1 ਹਫ਼ਤੇ ਅਸੀਂ ਪੜ੍ਹਾਇਆ, ਦੂਜੇ ਤੋਂ ਕਹਿੰਦੇ ਜੀ ਹੋਰ ਬੱਚੇ ਆਉਣਗੇ ਤਾਂ ਹੀ ਆਉਣਗੇ, ਇਕੱਲੇ ਨਹੀਂ ਪੜ੍ਹਨਾ, ਉਹ ਵੀ ਨਹੀਂ ਆਏ। ਇਹ ਲੋਕਾਂ 'ਚ ਅਵੇਅਰਨੈਸ ਨਹੀਂ ਹੈਗੀ। ਅਸੀਂ ਕਰਨ ਨੂੰ ਤਿਆਰ ਹਾਂ, ਪਰ ਲੋਕ ਤਾਂ ਆਉਣ, ਬੱਚੇ ਲੈ ਕੇ ਤਾਂ ਆਉਣ। ਅਸੀਂ ਇਸ ਚੀਜ਼ ਦੀ ਅਜੇ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਥੇ, ਈਵਨ ਮੈਂ ਕਹਿੰਦਾ ਯੋਗਾ ਕਲਾਸ ਲਾਉਣ ਨੂੰ ਤਿਆਰ ਸੀਗਾ, ਵੀ ਸਾਡੇ ਕੋਲ ਜਗ੍ਹਾ ਹੈ, ਕਰਨੀ ਕੀ ਅਸੀਂ, ਸਾਰਿਆਂ ਖਾਲੀ ਪਈ ਹੁੰਦੀ ਹੈ। ਪਰ ਮੈਂ 4 ਘੰਟੇ ਕਲਾਸ ਗਿਆ ਸੀ, 12 ਤੋਂ 1 ਮੈਂ ਕਿਹਾ ਪੰਜਾਬੀ ਕਲਾਸ ਹੈ, 1 ਤੋਂ 2 ਗਿੱਧਾ ਦੀ ਕਲਾਸ ਹੈ, 2 ਤੋਂ 3 ਭੰਗੜੀ ਕਲਾਸ ਹੈ, 3 ਤੋਂ 4 ਯੋਗਾ ਸਿਖਾਇਆ ਕਰਾਂਗੇ। ਉਹ ਸਾਰੀ ਵਿੱਚੇ ਰਹਿ ਗਈ, ਕੋਈ ਆਇਆ ਹੀ ਨਹੀਂ ਸਾਡੇ ਕੋਲ, ਉਹ ਆਵੇ ਤਾਂ ਸਹੀ, ਅਸੀਂ ਅਨਾਊਂਸ ਕਰਕੇ ਬਹਿ ਗਏ, ਪਰ ਜਦੋਂ ਆਉਣਗੇ ਕਰਾਂਗੇ ਜ਼ਰੂਰ। ਡਾਕਟਰ ਸੁਰਿੰਦਰ ਰੂਪ ਕਮਲ ਸਾਡੇ ਨਾਲ ਨੇ। ਸੁਰਿੰਦਰ ਕੌਰ ਕਮਲ ਕਿਵੇਂ ਦੇਖਦੇ ਨੇ? ਬੜੇ ਸੈਮੀਨਾਰ ਅਟੈਂਡ ਕੀਤੇ, ਬੜੀਆਂ ਕਾਨਫਰੰਸਾਂ ਅਟੈਂਡ ਕੀਤੀਆਂ, ਔਰ ਮੈਂ ਦੇਖਿਆ ਵੀ 3 ਦਿਨ ਤੁਸੀਂ ਵੀ ਕੀ ਕਹਿੰਦੇ ਆ ਪੱਬਾਂ ਭਾਰੀ ਹੋਏ ਰਹੇ। ਬਿਲਕੁਲ, ਜਦੋਂ ਪੰਜਾਬੀ ਮਾਂ ਬੋਲੀ ਦੀ ਗੱਲ ਹੋ ਰਹੀ ਆ, ਆਪਣੀ ਮਾਂ ਦੀ ਗੱਲ ਹੋ ਰਹੀ ਹੈ, ਆਪਣੀ ਬੋਲੀ ਦੀ ਗੱਲ ਹੋ ਰਹੀ ਹੈ, ਅਤੇ ਪੱਬਾਂ ਭਾਰ ਹੋਣਾ ਤਾਂ ਜਿਹੜਾ ਸਾਡਾ ਜ਼ਰੂਰੀ ਹੈ ਨਾ, ਕਿਉਂਕਿ ਸਾਰਿਆਂ ਦਾ ਕਾਰਜ ਹੈ, ਇਕੱਲੇ ਦਲਬੀਰ ਕਥੂਲੀਆ ਜੀ ਦਾ ਕਾਰਜ ਨਹੀਂ ਆ। ਉਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਸ਼ਿੱਦਤ ਦੇ ਨਾਲ ਆਪਣੀ ਪੰਜਾਬੀ ਮਾਂ ਬੋਲੀ ਦਾ ਸ਼ੁਦਾਈ ਹਾਂ, ਅਤੇ ਉਹ ਕਰਕੇ ਦਿਖਾ ਰਹੇ ਨੇ, ਨੰਗੇ ਧੜ ਨੇ, ਹੈ ਨਾ, ਮੈਦਾਨ ਦੇ ਵਿੱਚ। ਵੱਡੀ ਗੱਲ ਹੈ, ਬੜੇ ਸਾਰੇ ਪੰਜਾਬੀਆਂ ਨੇ ਬੜੇ ਵੱਡੇ ਵੱਡੇ ਕੀਰਤੀਮਾਨ ਸਥਾਪਿਤ ਕੀਤੇ ਨੇ, ਲੇਕਿਨ ਬ੍ਰਹਮਟਨ ਦੀ ਧਰਤ ਦੇ ਉੱਤੇ ਜਿਹੜਾ ਪੰਜਾਬੀ ਭਵਨ ਬਣਾਉਣਾ ਆਪਣੀ ਪੋਕਟ ਦੇ ਵਿੱਚੋਂ, ਬਾਬੇ ਨਾਨਕ ਦਾ ਸਿਧਾਂਤ ਹੈ ਨਾ ਜਿਹੜਾ, ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਦਲਬੀਰ ਸਿੰਘ ਕਥੂਰੀਆ ਹੋਰਾਂ ਦੀ ਜ਼ਿੰਦਗੀ ਉਹ ਚਾਨਣ ਮੁਨਾਰੇ ਬਣਦੀਆਂ ਨੇ ਉਹਨਾਂ ਗੱਲਾਂ ਦੇ ਲਈ ਜੋ ਸਾਡੇ ਪੁਰਖੇ ਕਹਿ ਗਏ ਨੇ। ਤਾਂ ਮੈਂ ਵਧਾਈ ਦਿੰਦੀ ਹਾਂ, ਅਤੇ ਅਸੀਂ ਸਾਰੇ ਵਧਾਈ ਦੇ ਪਾਤਰ ਹਾਂ, ਕਿਉਂਕਿ ਮੈਂ ਇਸ ਸਭਾ ਦੀ ਜਨਰਲ ਸਕੱਤਰ ਵੀ ਹਾਂ, ਅਤੇ ਇਸ ਕਰਕੇ ਮੈਂ ਪੱਬਾਂ ਭਾਰ ਵਾਲੀ ਗੱਲ, ਕਿ ਮੈਨੂੰ ਐਂ ਲੱਗਦਾ ਸੀ ਕਿ ਸਾਡੇ ਘਰ ਇੱਕ ਵਿਆਹ ਰਚਿਆ, ਅਤੇ ਅੱਜ ਉਹ ਵਿਆਹ ਮੁਕੰਮਲ ਹੋਇਆ, ਸਾਰੇ ਪਾਸਿਓਂ ਵਧਾਈਆਂ ਮਿਲਦੀਆਂ ਪਈਆਂ ਨੇ। ਪੂਰੇ ਵਿਸ਼ਵ ਦੇ ਵਿੱਚ ਪੰਜਾਬੀ ਦੀ ਗੱਲ ਕੀਤੀ ਹੈ, ਅਸੀਂ ਕੋਈ 7 ਨੁਕਾਤੀ ਪ੍ਰੋਗਰਾਮ, ਦੇਖੋ ਪਹਿਲੇ ਮੈਂ ਸ਼ਾਇਰਾ ਵਾਂ, ਹੈ ਨਾ, ਮਾਂ ਵਾਂ, ਸ਼ਾਇਰਾ ਵਾਂ, ਰਾਜਨੀਤੀਵਾਨ ਹਾਂ। ਮੈਂ ਰਾਜਨੀਤੀ ਇਸ ਕਰਕੇ ਜੁਆਇਨ ਕੀਤੀ, ਮੈਂ ਖੁੱਲ੍ਹ ਕੇ ਗੱਲ ਕਰਦੀ ਹਾਂ ਕਿ ਮੈਂ ਆਈ ਲਵ ਮਾਈ ਇੰਡੀਆ, ਮੈਂ ਇੱਥੇ ਹਾਂ, ਪਰਮਾਤਮਾ ਕਰੇ ਇਹ ਰਿਜ਼ਕ ਦੀ ਧਰਤੀ ਹੈ,
ਹੈ ਨਾ, ਉਹ ਸਾਡੀ ਜਨਮ ਦੀ ਧਰਤੀ ਹੈ, ਰਿਜ਼ਕ ਦੀ ਧਰਤੀ ਹੈ, ਦੋਹੇ ਧਰਤੀਆਂ ਵਸਦੀਆਂ ਰਹਿਣ। ਇੱਥੇ ਆਈ ਹਾਂ ਮੈਂ, ਮੈਨੂੰ 5-6 ਮਹੀਨੇ ਹੋਏ ਆ, ਸਨਮਾਨ ਹੋਏ ਨੇ, ਬੜਾ ਕੁਛ ਹੋਇਆ। ਲੇਕਿਨ ਜੋ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਭਵਨ ਬਣਾ ਕੇ ਇੱਕ ਮੀਲ ਪੱਥਰ ਸਾਬਿਤ ਕਰ ਦਿੱਤਾ ਬ੍ਰਾਂਮਟਨ ਦੇ ਵਿੱਚ, ਮੀਲ ਪੱਥਰ ਹੋਰ ਵੀ ਬਹੁਤ ਸਾਰੇ ਮਤਲਬ ਹੋਏ ਨੇ। ਲੇਕਿਨ ਜਿਸ ਢੰਗ ਦੇ ਨਾਲ 3 ਦਿਨ ਇੱਥੇ ਕੰਮ ਹੋਇਆ, ਜਿਸ ਤਰ੍ਹਾਂ ਵੱਡੇ ਵੱਡੇ ਮਤਲਬ ਜਿਹੜੇ ਮਹਾਰਥੀ ਆਏ ਹੋਏ ਸੀ ਸਿੱਖਿਆ ਦੇ, ਉਹਨਾਂ ਦੇ ਜਿਹੜੇ ਤੌਖਲੇ ਨੇ, ਉਹ ਤੌਖਲੇ ਬਾਹਰ ਨਿਕਲ ਕੇ ਆਏ ਔਰ ਉਹ ਸੱਤ ਨੌਕਾਤੀ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੀ ਗੌਰਮੈਂਟ ਦੇ ਕੋਲ ਵੀ ਜਾਣਗੇ, ਇੰਡੀਆ ਦੀ ਗੌਰਮੈਂਟ ਦੇ ਕੋਲ ਵੀ ਜਾਣਗੇ। ਪੰਜਾਬੀ ਸਾਡੀ ਦਾ ਹੇਰਵਾ ਜਿਹੜਾ ਵਾ ਉਹ ਹੱਦਾਂ ਟੱਪ ਕੇ ਹੁਣ ਪੂਰੇ ਦੇਸ਼ਾਂ ਦੇ ਵਿੱਚ ਫੈਲਦਾ ਪਿਆ। ਪਰ ਮੈਂ ਇੱਕ ਗੱਲ ਦੀ ਮੁਬਾਰਕਬਾਦ ਦਊਂਗੀ ਪੰਜਾਬੀਆਂ ਨੂੰ ਕਿ ਪੰਜਾਬੀ ਉਹਨਾਂ ਤੌਖਲਿਆਂ ਤਈਆਂ ਖਾਈਆਂ ਤੋਂ ਉੱਤੇ ਟੱਪ ਕੇ ਚਲੇ ਗਏ ਨੇ, ਉਹਨਾਂ ਨੇ ਝੰਡਾ ਬਰਦਾਰੀ ਕੀਤੀ ਆ। ਇਹ ਚੀਜ਼ ਜਿਹੜੀ ਆ ਉਹਨਾਂ ਦੇ ਖੂਨ ਦੇ ਵਿੱਚ ਆ ਕਿ ਕੋਈ ਵੀ ਗੱਲ ਆ ਜਾਂਦੀ ਹੈ ਨਾ, ਜਿੱਦਾਂ ਸੁਰਜੀਤ ਪਾਤਰ ਜੀ ਕਹਿੰਦੇ ਸੀ ਨਾ ਕਿ ਕੀ ਹੋਇਆ ਜੇ ਪੱਤਝੜ ਆ ਗਈ ਹੈ ਤਾਂ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਵਾਂਗਾ ਕਿਤੋਂ ਕਲਮਾਂ ਅਤੇ ਤੂੰ ਫੁੱਲਾਂ ਜਿਹੀ ਜ਼ਮੀਨ ਰੱਖੀ। ਅਮੀਰ ਹੋਣਾ, ਅਮੀਰ ਦੇਖੇ ਬਹੁਤ ਹੋਣਗੇ ਜੀ, ਕੋਈ ਅਮੀਰ ਹੋਵੇ, ਦਿਲ ਦਾ ਵੀ ਅਮੀਰ ਹੋਵੇ ਜੀ, ਤਾਂ ਪੰਜਾਬੀ ਮਾਂ ਬੋਲੀ ਪ੍ਰਤੀ ਵੀ ਅਮੀਰ ਹੋਵੇ। ਕੋਈ ਹੋਰ ਮਿਸਾਲ ਤੁਹਾਡੇ ਕੋਲ ਹੈ ਡਾਕਟਰ ਦਲਬੀਰ ਸਿੰਘ ਕਥੂਰੀਆ ਨੂੰ ਛੱਡ ਕੇ? ਦੇਖੋ, ਜਿਸ ਤਰ੍ਹਾਂ ਦੁਬਈ ਤੋਂ SP ਸਿੰਘ ਹੁਰੀ ਬਹੁਤ ਕੰਮ ਕਰ ਰਹੇ ਨੇ, ਹੈ ਨਾ। ਅਦਬੀ ਪੰਜਾਬੀ ਮੇਲਾ ਲੱਗਾ ਸੀ UK ਦੇ ਵਿੱਚ, ਅਜ਼ੀਮ ਸ਼ੇਖਰ ਹੋਰਾਂ ਨੇ ਵੀ ਕਮਾਲ ਕਰ ਦਿੱਤੀ, ਸਰਬਜੀਤ ਸੋਹੀ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਵੀ ਕਮਾਲ ਕਰ ਦਿੱਤੀ, ਹੈ ਨਾ। ਇੱਥੇ ਧਰਤੀ ਦੇ ਉੱਤੇ ਬ੍ਰਾਂਮਟਨ ਦੇ ਵਿੱਚ, ਸਰੀ ਦੇ ਵਿੱਚ ਸੁਖੀ ਬਾਠ ਜੀ ਕੰਮ ਕਰਦੇ ਪਏ ਨੇ। ਤੁਸੀਂ ਦੇਖੋ, ਵੈਨਕੂਵਰ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਲੱਗਾ, ਸਾਹਿਬ ਸਿੰਘ ਹੋਰਾਂ ਨੇ ਕਮਾਲ ਕਰ ਦਿੱਤੀ, ਹੈ ਨਾ। ਟਰੂਡੋ ਆਏ ਹੋਏ ਸੀ ਉੱਥੇ, ਕਿਸ ਤਰ੍ਹਾਂ ਜੱਫੀਆਂ ਪੈਣ ਡੀਆਂ ਨੇ ਪੰਜਾਬੀਆਂ ਨੂੰ, ਕਿਸ ਤਰ੍ਹਾਂ ਮਤਲਬ ਦਿਸ ਮੀਨਸ ਕਿ ਇੰਡੀਆ ਇਜ਼ ਐਕਸਪੈਂਡਿੰਗ, ਹੈ ਨਾ, ਅਸੀਂ ਵੱਧ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ IT ਵਾਲਿਆਂ ਨੇ ਕਿਹਾ ਕਿ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਜਾ ਰਿਹਾ ਇੰਡੀਆ। ਅਤੇ ਅੱਜ ਮੈਂ ਇਹ ਗੱਲ ਆਪਣੇ ਇੰਡੀਆ ਵੀ ਲੈ ਕੇ ਜਾਊਂਗੀ, ਕਿਉਂਕਿ ਮੈਂ 2-4 ਦਿਨਾਂ ਦੇ ਵਿੱਚ ਇੰਡੀਆ ਨੂੰ ਵਾਪਸ ਜਾਣਾ ਇਸ ਧਰਤੀ ਤੋਂ। ਇਹਨਾਂ ਨੇ ਮੈਨੂੰ ਮਤਲਬ ਇਸ ਜਿਹੜੇ ਆ ਵਿਸ਼ਵ ਪੰਜਾਬੀ ਕਾਨਫਰੰਸ, ਮੈਂ ਇਹਦਾ ਹਿੱਸਾ ਵੀ ਹਾਂ, ਔਰ ਇੱਥੋਂ ਇਹਨਾਂ ਨੇ ਮੇਰੀ ਝੋਲੀ ਕੁਛ ਗੱਲਾਂ ਵੀ ਪਾਈਆਂ ਨੇ, ਕੁਝ ਸਵਾਲ ਪਾਏ ਨੇ, ਉਹ ਸਵਾਲ ਲੈ ਕੇ ਮੈਂ ਹੁਣ ਉੱਥੇ ਜਾਵਾਂਗੀ ਅਤੇ ਉਹਨਾਂ ਸਵਾਲਾਂ ਦੇ ਲਈ ਉੱਥੇ ਗੱਲ ਕਰਾਂਗੀ ਬੈਠ ਕੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਕਿ ਵੀ ਪੰਜਾਬ ਜਿਹੜਾ ਵਾ ਕਿੰਨਾ ਤੌਖਲਿਆਂ ਦੇ ਨਾਲ ਪੰਜਾਬੀ ਦੂਜੀਆਂ ਧਰਤੀਆਂ ਦੇ ਉੱਤੇ ਗਏ ਨੇ। ਅਤੇ ਇਨਸ਼ਾਅੱਲਾ ਮੈਂ ਸੋਚਦੀ ਹਾਂ ਕਿ ਜਿਹੜੀ ਆਵਾਜ਼ ਅਸੀਂ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਵਾਜ਼ ਜਿਹੜੀ ਆ ਉਹਨਾਂ ਤੱਕ ਜਾਵੇ, ਅਤੇ ਉਹ ਜਿਹੜੇ ਤੌਖਲੇ ਨੇ ਉਹ ਸਾਡੇ, ਚਾਹੇ ਉਹ ਯੂਨੀਵਰਸਿਟੀ ਦੇ ਮੁਤਲਕ ਨੇ, ਚਾਹੇ ਉਹ ਬੋਲੀ ਦੇ ਮੁਤਲਕ ਨੇ, ਚਾਹੇ ਉਹ ਕਿਸੇ ਵੀ ਚੀਜ਼ ਦੇ ਮੁਤਲਕ ਨੇ, ਉਹ ਸਾਡੇ ਜਿਹੜੇ ਨੇ ਤੌਖਲੇ ਖਤਮ ਹੋਣ ਆਉਣ ਵਾਲੇ ਸਮੇਂ 'ਚ। ਸ਼ੁਕਰੀਆ। 2 ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਹੈ। ਇਹ ਤਸਵੀਰਾਂ ਬਣਾਈਆਂ ਨੇ ਸਰਦਾਰ ਕੁਲਵੰਤ ਸਿੰਘ ਨੇ, ਭਾਈ ਵੀਰ ਸਿੰਘ ਜੀ ਅਤੇ ਭਾਈ ਕਾਨ ਸਿੰਘ ਜੀ ਨਾਭਾ। ਇਹ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਪੰਜਾਬੀ ਭਵਨ ਦੇ ਉਸ ਵਿਹੜੇ ਦੇ ਵਿੱਚ ਜਿੱਥੇ 3 ਦਿਨਾਂ ਇੱਕ ਕਾਨਫਰੰਸ ਹੋਈ, ਅਤੇ ਤਸਵੀਰਾਂ ਬਣਾਈਆਂ ਸਾਡੇ ਵੀਰ ਕੁਲਵੰਤ ਸਿੰਘ ਨੇ, ਜਿਨ੍ਹਾਂ ਦਾ ਪਿਛੋਕੜ ਕੋਟਪੂਰਾ। ਮੈਂ ਜਦੋਂ ਤਸਵੀਰਾਂ ਦੇਖ ਰਿਹਾ ਸੀਗਾ ਤਾਂ ਮੈਨੂੰ ਉਹ ਦਿਨ ਚੇਤੇ ਆਇਆ ਜਦੋਂ ਆਪਾਂ ਮੁਕਤਸਰ ਮਿਲੇ, ਕੋਟਪੂਰੇ ਮਿਲੇ, ਤਾਂ ਮੈਨੂੰ ਇੱਕਦਮ, ਮੈਂ ਉਹ ਅੰਗਰੇਜ਼ੀ ਦਾ ਮੈਗਜ਼ੀਨ ਦੇਖ ਰਿਹਾ ਸੀ, ਉਹ 'ਚ ਤੁਹਾਡਾ ਆਰਟੀਕਲ ਛਪਿਆ, ਔਰ ਜਦੋਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਵਿੱਚ ਪੰਜਾਬੀ ਭਵਨ ਦੇ ਵਿੱਚ ਇਹ ਸਮਾਗਮ ਸ਼ੁਰੂਆਤ ਹੋ ਰਹੀ ਹੈ, ਕੈਂਡਲ ਲਾਈਟ ਹੋਇਆ, ਅਤੇ 2 ਤਸਵੀਰਾਂ ਤੁਹਾਡੇ ਹਿੱਸੇ ਆਈਆਂ ਜਿਹੜੀਆਂ ਤੁਸੀਂ ਖੁਦ ਪੇਂਟ ਕੀਤੀਆਂ, ਇਹ ਮੈਂ ਚਾਹਾਂਗਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਉਸ ਗਵਾਹ ਨੇ, ਔਰ ਮੈਸੇਜ ਵੀ ਆ ਉਹਨਾਂ ਲਈ। ਉਦੋਂ ਕੁਲਵੰਤ ਸਿੰਘ ਦੇ ਮਨ ਦਾ ਵਲਵਲਾ ਕੀ ਹੈ? ਪਹਿਲੀ ਗੱਲ ਤਾਂ ਇਹ ਹੈਗੀ ਹੈ ਜੀ ਕਿ ਜਿਹੜੇ ਭਾਈ ਵੀਰ ਸਿੰਘ ਜੀ ਅਤੇ ਭਾਈ ਕਾਨ ਸਿੰਘ ਨਾਭਾ ਜੀ ਨੇ, ਇਹ ਸਾਡੀ ਪੰਜਾਬੀ ਸਾਹਿਤ ਦੇ, ਪੰਜਾਬੀ ਦੁਨੀਆ ਦੇ ਇਹ ਚਾਨਣ ਮੁਨਾਰੇ ਨੇ।
ਇਹ ਆਪਣੇ ਆਪ ਦੇ ਵਿੱਚ ਚਮਕਦੇ ਸਿਤਾਰਿਆਂ ਦੀ ਤਰ੍ਹਾਂ ਸਾਡੇ ਵਾਸਤੇ ਹੈਗੇ ਆ। ਅਤੇ ਜਦੋਂ ਅਸੀਂ ਇਹਨਾਂ ਨੂੰ ਹਾਜ਼ਰ ਮੰਨ ਕੇ ਆਪਣਾ ਅੱਗੇ ਕੋਈ ਪੰਜਾਬੀ ਦਾ ਕਾਰਜ ਕਰਦੇ ਹਾਂ ਅਤੇ ਆਪਣੇ ਆਪ ਦੇ ਵਿੱਚ ਹੀ ਅਸੀਂ ਮਾਣ ਮੱਤੇ ਮਹਿਸੂਸ ਕਰਦੇ ਹਾਂ। ਅਤੇ ਮੇਰੇ ਹਿੱਸੇ ਇਹ ਕਾਰਜ ਆਇਆ ਕਿ ਮੇਰੇ ਕੋਲ ਸ਼ਬਦ ਨਹੀਂ ਓਨੇ ਹੁੰਦੇ ਪਰ ਮੈਂ ਰੰਗਾਂ ਦੇ ਨਾਲ ਆਪਣੀ ਕੋਈ ਗੱਲ ਕਰ ਸਕਦਾ ਤਾਂ ਮੈਂ ਆਪਣੀਆਂ ਇਹ ਪੇਂਟਿੰਗਸ, ਮੈਨੂੰ ਵਾਹਿਗੁਰੂ ਨੇ ਇਹ ਗੁਰ ਦਿੱਤਾ ਕਿ ਮੈਂ ਚਿੱਤਰਕਾਰੀ ਕਰਾਂ ਅਤੇ ਇਹ ਪੇਂਟਿੰਗਸ ਬਣਾਈਆਂ, ਇੱਥੇ ਪੇਂਟਿੰਗਸ ਡਿਸਪਲੇ ਕੀਤੀਆਂ ਗਈਆਂ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਾਦੀ ਭਰਦੀਆਂ ਸੀਗੀਆਂ ਕਿ ਪੰਜਾਬੀ ਸਾਹਿਤ ਦਾ ਜੋ ਇਹ ਇੰਨਾ ਵੱਡਾ ਕਾਰਜ ਹੋ ਰਿਹਾ ਤਾਂ ਉਹਦੇ ਵਿੱਚ ਇਹ ਦੋਨੋਂ ਮਹਾਨ ਸ਼ਖਸੀਅਤਾਂ ਜਿੱਦਾਂ ਇੱਥੇ ਇਸ ਕਾਨਫਰੰਸ ਦੇ ਵਿੱਚ ਆਪ ਬਿਰਾਜਮਾਨ ਹੈ। ਜਦੋਂ ਡਾਕਟਰ ਆਤਮਜੀਤ, ਡਾਕਟਰ ਸੁੱਚਾ ਸਿੰਘ ਗਿੱਲ, ਪੰਨੂ ਸਾਹਿਬ ਅਤੇ ਇਹਦੇ ਨਾਲ ਹੀ ਪ੍ਰਗਟ ਸਿੰਘ, ਪੰਜਾਬੀ ਦੇ ਨਾਮਵਾਰ ਜਿਹੜੇ ਵਿਅਕਤੀ ਇੱਥੇ ਆਉਂਦੇ ਨੇ, ਅਤੇ ਉਦੋਂ ਹੀ ਤਸਵੀਰਾਂ ਦੇਖ ਕੇ ਕੁਲਵੰਤ ਸਿੰਘ ਦੇ ਮਨ ਦੇ ਵਿੱਚ, ਕਿਉਂਕਿ ਉਹਨਾਂ ਨੇ ਜਦੋਂ ਤਸਵੀਰਾਂ ਦੇਖੀਆਂ ਉਹਨਾਂ ਨੇ ਵੀ ਪੜ੍ਹਿਆ ਵੀ ਕੁਲਵੰਤ ਸਿੰਘ ਵੱਲੋਂ ਬਣਾਈਆਂ ਗਈਆਂ ਅਤੇ ਕੁਲਵੰਤ ਸਿੰਘ ਹੁਣ ਟੋਰਾਂਟੋ ਰਹਿੰਦਾ, ਉਦੋਂ ਉਹ ਵਲਵਲਾ ਮੰਨਦਾ ਕਿਉਂਕਿ ਉਹ ਪੰਜਾਬੀ ਭਵਨ ਬ੍ਰਹਮਟਨ ਦੇ ਵਿੱਚ ਜਦੋਂ ਵਿਸ਼ਵ ਪੰਜਾਬੀ ਸਭਾ ਵੱਲੋਂ 3 ਦਿਨਾਂ ਇਹ ਮੇਲਾ ਜਾਂ ਇਹ ਵਿਆਹ ਵਰਗਾ ਸੀਨ ਹੈ ਅਤੇ ਉਦੋਂ ਉਹਦਾ ਮਨ ਕਿੰਨਾ ਪ੍ਰਸੰਨ ਹੈ। ਮੈਨੂੰ ਮੈਂ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ ਕਰਦਾ ਜੀ ਕਿ ਭਾਰਤ ਤੋਂ ਪੜ੍ਹਾਈ ਕਰਕੇ ਉੱਥੋਂ ਇੱਥੇ ਜਿੰਨੇ ਵੀ ਅਸੀਂ ਆਉਣੇ ਹਾਂ ਸਾਡੇ ਕੋਲ ਪਹਿਲਾਂ ਜਿਹੜਾ ਹੁੰਦਾ ਉਹ ਆਪਣੀ ਰੋਟੀ ਰੋਜ਼ੀ ਦੇ ਲਈ ਕੰਮ ਕਾਰ ਕਰਨੇ ਹੁੰਦੇ ਆ ਅਤੇ ਬਹੁਤ ਸਾਰੇ ਜਿਹੜੇ ਹੁਨਰਮੰਦ ਲੋਕ ਹੈ ਉਹ ਆਪਣੀ ਰੋਟੀ ਰੋਜ਼ੀ ਦੇ ਹੀ ਮਾਮਲਿਆਂ ਦੇ ਵਿੱਚ ਉਹ ਉਲਝ ਕੇ ਰਹਿ ਜਾਂਦੇ ਆ ਅਤੇ ਉਹਨਾਂ ਦਾ ਜਿਹੜਾ ਉਹ ਸ਼ੌਂਕ ਹੈ ਜਾਂ ਉਹ ਮੁਹਾਰਤ ਹੈ ਉਹਦਾ ਉਹ ਪੂਰਾ ਲਾਭ ਨਹੀਂ ਲੈ ਸਕਦੇ ਅਤੇ ਮੈਨੂੰ ਇਹ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ ਉਸ ਮਾਲਕ ਦਾ ਕਿ ਮੈਨੂੰ ਉਹਨੇ ਇਹ ਸ਼ਿੱਦਤ ਦੇ ਨਾਲ ਇਹ ਕੰਮ ਨੂੰ ਜਾਰੀ ਰੱਖਣ ਦਾ ਉਹਨੇ ਬਲ ਬਖਸ਼ਿਆ ਅਤੇ ਇਹ ਤਸਵੀਰਾਂ ਜਦੋਂ ਇਹੋ ਜਿਹੇ ਮਹਾਨ ਆਤਮਜੀਤ ਜੀ ਵਰਗੇ ਵਿਦਵਾਨ ਹੈਗੇ ਨੇ ਅਤੇ ਪਹਿਲਾਂ ਤਾਂ ਮੈਂ ਉਹਨਾਂ ਦੇ ਦਰਸ਼ਨ ਕਰਕੇ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਅਤੇ ਮੈਂ ਬੜਾ ਆਪਣੇ ਆਪ 'ਚ ਵਡਭਾਗਾ ਮਹਿਸੂਸ ਕੀਤਾ ਅਤੇ ਫਿਰ ਉਹਨਾਂ ਨੇ ਜਦੋਂ ਇਹਨਾਂ ਪੇਂਟਿੰਗਸ ਦੀ ਸ਼ਲਾਘਾ ਕੀਤੀ ਅਤੇ ਆਪਣੇ ਆਪ ਦੇ ਵਿੱਚ ਹੀ ਇੱਕ ਸ਼ੁਕਰਾਨਾ ਹੋਇਆ ਕਿ ਸ਼ੁਕਰ ਹੈ ਵਾਹਿਗੁਰੂ ਕਿ ਮੇਰੀਆਂ ਕਿਰਤਾਂ ਦੀ ਇਹ ਸਾਰੇ ਐਡੇ ਵੱਡੇ ਮਹਾਨ ਲੋਕਾਂ ਨੇ ਤਾਰੀਫ ਕੀਤੀ। ਥੈਂਕ ਯੂ। ਸਰਦਾਰ ਗੁਰਜਤਿੰਦਰ ਸਿੰਘ ਰੰਧਾਵਾ ਸਾਹਿਬ, ਜਦੋਂ ਮੈਂ ਪ੍ਰਵਾਸ ਦੀ ਪੱਤਰਕਾਰੀ ਦੀ ਗੱਲ ਕਰਦਾ ਹੈ, ਪੰਜਾਬੀ ਦੀ ਗੱਲ ਕਰਦਾ ਹੈ, ਵਿਦੇਸ਼ 'ਚ ਬੈਠ ਕੇ, ਦੇਸ਼ 'ਚ ਬੈਠ ਕੇ, ਚਾਹੇ ਉਹ ਕਰੋਨਾ ਦੀ ਗੱਲ ਹੋਵੇ, ਚਾਹੇ ਉਹ ਐਗਰੀਕਲਚਰ ਬਿੱਲਾਂ ਦੀ ਗੱਲ ਹੋਵੇ, ਚਾਹੇ ਪ੍ਰਵਾਸ ਦੀ ਗੱਲ ਹੋਵੇ, ਤੁਸੀਂ ਉਹਨੂੰ ਇੱਕ ਕਿਤਾਬ ਰੂਪੀ ਜਿਹੜਾ ਸ਼ਬਦ ਦਿੰਦੇ ਹੋ। 3 ਦਿਨਾਂ ਦੀ ਕਾਨਫਰੰਸ ਤੁਸੀਂ ਅਟੈਂਡ ਕੀਤੀ ਹੈ ਬ੍ਰਹਮਟਨ ਦੇ ਵਿੱਚ, ਤੁਸੀਂ USA ਤੋਂ ਆਏ ਹੋ, ਪੰਜਾਬ ਦਾ ਸੀਨ ਵੀ ਜਾਣਦੇ ਹੋ, ਜੇ ਆਪਾਂ ਕੰਕਲੂਡ ਕਰਨਾ ਹੋਵੇ ਤਾਂ ਕਿਹੜੀ ਗੱਲ ਜਿਹੜੀ ਤੁਹਾਨੂੰ 3 ਦਿਨਾਂ ਵਾਲੀ ਇੱਥੇ ਖਿੱਚ ਕੇ ਰੱਖੀ? ਸਭ ਤੋਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ, ਮੌਕਾ ਦਿੱਤਾ ਤੁਹਾਡਾ, ਖਾਸ ਕਰਕੇ ਧੰਨਵਾਦ, ਤੁਸੀਂ ਬੜਾ ਲੰਮਾ ਸਫ਼ਰ ਕਰਕੇ ਇੰਡੀਆ ਤੋਂ ਅਤੇ ਇੱਥੇ ਪਹੁੰਚੇ ਹੋ ਕੈਨੇਡਾ ਦੀ ਧਰਤੀ 'ਤੇ। ਜੇ ਗੱਲ ਕਰਦੇ ਹਾਂ ਆਪਾਂ ਜਿਹੜਾ ਪ੍ਰਵਾਸੀ ਇੱਥੇ ਜਿਹੜਾ ਵਿਸ਼ਵ ਪੰਜਾਬੀ ਭਵਨ 'ਚ ਬ੍ਰਹਮਟਨ 'ਚ ਜਿਹੜਾ ਕਾਨਫਰੰਸ ਹੋਈ ਆ, ਇਹ 3 ਦਿਨਾਂ ਕਾਨਫਰੰਸ ਕੋਈ ਮਾਮੂਲੀ ਗੱਲ ਨਹੀਂ ਸੀ। ਅਜਿਹੇ ਜਿਹੜੇ ਸਮਾਗਮ ਹੁੰਦੇ ਨਾ ਜੀ, ਇਹ ਸਮਝ ਲਓ ਵੀ ਇੱਕ ਵਿਆਹ ਹੀ ਆ,
ਤਿੰਨ ਦਿਨਾਂ ਦਾ ਵਿਆਹ ਅਤੇ ਜਿੰਨਾ ਖਰਚਾ ਤਿੰਨਾਂ ਦਿਨਾਂ ਦਾ ਹੁੰਦਾ ਉਨਾ ਖਰਚਾ ਜਿਹੜਾ ਉਹ ਇਸ ਸਮਾਗਮ 'ਤੇ ਹੋਇਆ ਅਸੀਂ ਅੱਕੀ ਦੇਖਿਆ। ਉਹ ਖਰਚਾ ਕਰਨ ਦੀ ਇੱਕ ਵੈਲਿਊ ਬਣੀ ਆ, ਉਹ ਕੋਈ ਅਜਾਈ ਨਹੀਂ ਗਏ ਪੈਸੇ ਜੋ ਡਾਕਟਰ ਦਲਬੀਰ ਸਿੰਘ ਕਥੋਰੀਆ ਉਹਨਾਂ ਨੇ ਖਰਚਾ ਕੀਤਾ। ਮੈਂ ਇਹ ਸਮਝਦਾ ਕਿ ਦੁਨੀਆ ਭਰ ਤੋਂ ਜਿਹੜੀ ਕਰੀਮ ਸੀ ਨਾ ਉਹ ਇੱਥੇ ਆਈ ਆ, ਕੋਈ ਮਾਮੂਲੀ ਬੰਦੇ ਨਹੀਂ ਸੀ, ਸਾਰੇ ਇੱਕ ਤੋਂ ਇੱਕ ਵੱਧ ਚੜ੍ਹ ਕੇ ਸੀ। ਇੱਥੇ ਇੱਥੇ ਇਹ ਨਹੀਂ ਹੁੰਦਾ ਵੀ ਲੋਕ ਕਿੰਨੇ ਆਏ, ਜੇ 400 ਬੰਦਾ ਇੱਥੇ ਵਰਲਡਵਾਈਡ ਤੋਂ ਆਣ ਕੇ ਬੈਠਾ ਸੀ ਨਾ, ਉਹ ਇਸੇ ਕਰਕੇ ਬੈਠਾ ਸੀ ਕਿ ਉਹ ਆਪੋ ਆਪਣੇ ਥਾਂ 'ਤੇ ਸਥਾਨ 'ਤੇ ਉਹ ਇੱਕ ਐਸੋਸੀਏਸ਼ਨ ਸੀ। ਹੁਣ ਜਿਹੜੀ ਗੱਲ ਆ ਉਹ ਗੱਲ ਇਹ ਆ ਵੀ ਆਪਾਂ ਕੰਕਲੂਜ਼ਨ ਜੇ ਕੱਢੀਏ, ਇਸ ਕਾਨਫਰੰਸ ਵਿੱਚ ਜਿੱਥੇ ਪਰਚੇ ਪੜੇ ਗਏ, ਜਿੱਥੇ ਕਵੀ ਸੰਮੇਲਨ ਹੋਏ, ਜਿੱਥੇ ਗਾਇਕੀ ਹੋਈ, ਜਿੱਥੇ ਹੋਰ ਸੱਭਿਆਚਾਰਕ ਅਤੇ ਸਾਹਿਤਕ ਮੁੱਦਿਆਂ ਬਾਰੇ ਗੱਲਾਂ ਬਾਤਾਂ ਹੋਈਆਂ, ਅਤੇ ਉਹਦੇ ਨਾਲ ਨਾਲ ਜਿਹੜੇ ਬੁੱਧੀਜੀਵੀ ਜਿਹੜੇ ਆਏ ਸੀ ਨਾ, ਜਿਹੜੇ ਉਹਨਾਂ ਦੇ ਪਰਚੇ ਸੀ, ਉਹਨਾਂ ਨੂੰ ਸਿੱਖ ਕੇ ਜੋ ਜੇ ਫਰਜ਼ ਕੀਤਾ ਇੱਕ ਅਮਰੀਕਾ ਤੋਂ ਆਇਆ, ਇੱਕ ਕੈਨੇਡਾ ਤੋਂ ਸੀ, ਜਾਂ ਇੱਕ ਇੰਡੀਆ ਤੋਂ ਸੀ, ਯੂਰਪ ਤੋਂ ਸੀ, ਵੱਖ ਵੱਖ ਦੇਸ਼ਾਂ ਤੋਂ ਜਿਹੜੇ ਇੱਥੇ ਆਏ ਸੀ ਬੁੱਧੀਜੀਵੀ, ਉਹ ਜਿਹੜੇ ਆਦਾਨ ਪ੍ਰਦਾਨ ਹੁੰਦਾ ਨਾ ਜੀ, ਬੋਲੀ ਬਾਰੇ ਗੱਲਬਾਤ ਹੁੰਦੀ, ਭਾਸ਼ਾ ਬਾਰੇ ਗੱਲਬਾਤ ਹੁੰਦੀ ਆ, ਸੱਭਿਆਚਾਰ ਬਾਰੇ ਗੱਲਬਾਤ ਹੁੰਦੀ ਆ, ਸਾਹਿਤ ਬਾਰੇ ਗੱਲਬਾਤ ਹੁੰਦੀ, ਇਹ ਆਦਾਨ ਪ੍ਰਦਾਨ। ਜਦੋਂ ਇੱਕ ਦੂਜੇ ਦੇ ਤੁਸੀਂ ਵਿਊਜ਼ ਨਹੀਂ ਸੁਣਦੇ, ਤੁਸੀਂ ਜਿੱਥੇ ਕਹਿ ਗਏ ਉਹਨੇ ਤੁਹਾਡੀ ਜਿਹੜੀ ਕਹਿ ਸਕਦੇ ਹਾਂ ਵੀ ਥਿੰਕਿੰਗ ਆ, ਤੁਹਾਡੀ ਜਿਹੜੀ ਸੋਚਣੀ ਆ ਉਹ ਲਿਮਿਟਡ ਰਹਿ ਜਾਂਦੀ ਆ। ਜਦੋਂ ਆਪਾਂ ਇੱਕ ਦੂਜੇ ਦੇ ਸਾਰੇ ਵਿਚਾਰ ਸੁਣਦੇ ਹਾਂ, ਉਹ ਸਮਝ ਲਓ ਵੀ ਕੁਛ ਨਾ ਕੁਛ ਉਹਦੇ ਵਿੱਚੋਂ ਅਡੋਪਟ ਹੁੰਦਾ। ਅਡੋਪਟ ਕਰਕੇ ਅੱਜ ਬਹੁਤ ਸਾਰੇ ਜਿਹੜੇ ਇੱਥੇ ਸਾਹਿਤਕਾਰ ਆ ਉਹ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਆ। ਅਤੇ ਖਾਸ ਕਰਕੇ ਮੈਂ ਇਹ ਚਾਹਾਂਗਾ, ਦੱਸਣਾ ਚਾਹਾਂਗਾ ਕਿ ਜਿਹੜਾ ਬੱਚਿਆਂ ਦਾ ਸੈਸ਼ਨ, ਦੈਟ ਵਾਜ਼ ਰੀਅਲੀ ਗੁੱਡ। ਉਹ ਬੱਚਿਆਂ ਦਾ ਸੈਸ਼ਨ ਜਿਹੜਾ ਸੀ, ਜਿਹੜਾ ਇੱਕ ਖਾਸ ਕਰਕੇ ਉਹਨਾਂ ਨੇ ਨਾਟਕ ਕੀਤਾ, ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕੈਨੇਡਾ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਜਿਹੜੀ ਗੱਲਬਾਤ ਹੋਈ ਆ, ਉਹਨਾਂ ਨੇ ਆਪਣੀ ਜਵਾਨੀ ਬੱਚਿਆਂ ਨੇ ਦੱਸਿਆ, ਉਹ ਇੱਕ ਬਿਲਕੁਲ ਵਿਲੱਖਣ ਜਿਹੜੀ ਗੱਲਬਾਤ ਹੋਈ ਆ। ਆਮ ਤੌਰ 'ਤੇ ਇਹ ਜਿਹੜੀਆਂ ਚੀਜ਼ਾਂ ਇਹ ਸੁਭਾਵਾਂ ਨਹੀਂ ਕਰਦੀਆਂ ਜੋ ਇਹਨਾਂ ਨੇ ਕੀਤਾ ਇੱਥੇ। ਡਾਕਟਰ ਦਲਬੀਰ ਸਿੰਘ ਕਥੂਰੀਆ ਅਤੇ ਉਹਨਾਂ ਦੀ ਪੂਰਾ ਜਿਹੜਾ ਪਰਿਵਾਰ, ਉਹਨਾਂ ਦਾ ਜਿਹੜਾ ਸਭਾ ਜਿਹੜੀ ਆ, ਉਹ ਵਧਾਈ ਦੇ ਹੱਕਦਾਰ ਆ ਜਿਨ੍ਹਾਂ ਨੇ ਅਜਿਹਾ ਵੱਡਾ ਕਾਰਜ ਰਚਾਇਆ। ਥੈਂਕ ਯੂ। ਅੱਜ ਦੇ ਦਿਨ ਮੈਂ ਉਹਨਾਂ 10 ਲੱਖ ਲੋਕਾਂ ਨੂੰ ਵੀ ਯਾਦ ਕਰਾਂਗਾ ਤੁਹਾਡੇ ਸੰਗ ਚੱਲਦਿਆਂ, ਜਿਨ੍ਹਾਂ ਨੇ ਸੋ ਕਾਲਡ ਆਜ਼ਾਦੀ, ਜਿਸ ਨੇ ਸਾਡੇ ਮੁਲਕ ਦੇ 2 ਟੋਟੇ ਕਰ ਦਿੱਤੇ, ਅਤੇ 10 ਲੱਖ ਲੋਕ ਵੰਡੇ ਗਏ, ਵੱਢੇ ਗਏ ਸਿਰਫ ਇਸ ਕਰਕੇ ਕਿ ਉਹਨਾਂ ਦੀ ਆਬਾਦ ਦਾ ਜਿਹੜਾ ਤਰੀਕਾ ਸੀ ਇੱਕ ਦੂਜੇ ਨਾਲ ਵੱਖਰਾ ਸੀ। ਪਿਛਲੇ ਸਾਲ ਮੈਂ ਪਾਕਿਸਤਾਨ ਵਿੱਚ ਸਾਂ ਅਤੇ ਮੈਂ ਇਹ ਗੱਲ ਅਕਸਰ ਕਈ ਪ੍ਰੋਗਰਾਮਸ 'ਤੇ ਕਹੀ, ਅਸੀਂ ਵੱਡੇ ਤਾਂ ਗਏ ਪਰ ਅਸੀਂ ਵੰਡੇ ਨਹੀਂ ਗਏ। ਵੰਡੇ ਇਸ ਕਰਕੇ ਨਹੀਂ ਗਏ ਕਿ ਸਾਡੀ ਜ਼ੁਬਾਨ ਇੱਕ ਹੈ, ਜਿਹਨਾਂ ਦੀ ਮਾਂ ਇੱਕ ਹੋਵੇ ਉਹ ਲੱਖ ਵਿਚਾਰਕ ਤੌਰ 'ਤੇ ਵੰਡੇ ਜਾਣ, ਪਰ ਵੰਡੇ ਜਾ ਨਹੀਂ ਸਕਦੇ, ਉਹ ਮਾਂ ਨੂੰ ਤਾਂ ਮਾਂ ਹੀ ਕਹਿਣਗੇ ਨਾ। ਅਤੇ ਅੱਜ ਉਸ ਮਾਂ ਬੋਲੀ ਨੂੰ ਹੋਰ ਮਜ਼ਬੂਤ ਕਰਨ ਲਈ, ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਨੂੰ, ਇੰਟਰਨੈਸ਼ਨਲ ਅਰੀਨੇ ਵਿੱਚ ਲੈ ਕੇ ਜਾਣ ਨੂੰ, ਇਹ ਜਿਹੜਾ ਉਪਰਾਲਾ ਹੈ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਆਰੰਭਿਆ ਹੈ। ਤੁਸੀਂ ਦੂਰ ਦੁਰੇਡੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ। ਸ਼ਬਦ ਤੁਹਾਡੇ ਲਈ ਬਹੁਤ ਥੋੜ੍ਹੇ ਹੋਣਗੇ ਕਿਉਂਕਿ ਤੁਹਾਡੀ ਨਜ਼ਰ ਦੇ ਨਾਲ ਦੁਨੀਆ ਦੇ ਵਿੱਚ ਪਹੁੰਚਣਾ ਹੈ ਅਤੇ ਦੁਨੀਆ ਦੇ ਵਿੱਚ ਇੱਥੇ ਹੋਈ ਹਰ ਗੱਲਬਾਤ ਦਾ, ਇੱਥੇ ਉੱਥੇ ਹਰ ਸਵਾਲ ਦਾ
ਜਵਾਬ ਵੀ ਮਿਲਣਾ ਅਤੇ ਅੱਗੋਂ ਸਵਾਲ ਦਰ ਸਵਾਲ ਵੀ ਚੱਲਣੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਪੜਚੋਲ ਦੇ ਵਿੱਚ ਜਾ ਕੇ ਅੱਗੇ ਤੁਹਾਡੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਅੱਜ ਦੇ ਇਸ ਮੁਕਾਮ 'ਤੇ ਫਿਲਹਾਲ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਮਾਣ ਮਹਿਸੂਸ ਕਰ ਰਿਹਾ ਔਰ ਸਮੂਹ ਵਿਸ਼ਵ ਪੰਜਾਬੀ ਸਭਾ ਮਾਣ ਮਹਿਸੂਸ ਕਰ ਰਹੀ ਹੈ। ਅਮਰ ਸਾਡੇ ਨਾਲ ਨੇ। ਅਮਰ, ਕਿੱਦਾਂ ਦੇਖਦੇ ਹੋ ਪੰਜਾਬ 'ਚ ਵੀ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੇਖੀਆਂ ਹੋਣਗੀਆਂ ਅਤੇ ਜਦੋਂ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਜਦੋਂ ਹੋ ਰਹੀ ਹੈ, ਬੱਚੇ ਇੱਥੇ ਆ ਰਹੇ ਨੇ, ਉਹ ਕਿਹੜੀ ਚੀਜ਼ ਤੁਹਾਨੂੰ ਇੱਥੇ 3 ਦਿਨਾਂ ਲਈ ਬੰਨ੍ਹ ਕੇ ਰੱਖੀ ਔਰ ਬੱਚਿਆਂ ਨੂੰ ਕੀ ਮੈਸੇਜ ਹੈ ਇਸ ਕਾਨਫਰੰਸ ਦਾ? ਇਹਦੇ ਨਾਲ ਇੱਕ ਹੋਰ ਕੀ ਪੰਜਾਬੀ ਜਿੱਦਾਂ ਤੁਸੀਂ ਸੁਣਿਆ, ਪੜ੍ਹਿਆ, ਦੇਖਿਆ ਔਰ ਜਿੱਦਾਂ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਮੇਰੇ ਲਈ ਤਾਂ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਆ, ਰੈੱਡ ਕਾਰਪੇਟ ਤੁਹਾਡੇ ਲਈ ਹੈ, ਹੁਣ ਕਿੰਨਾ ਕੁ ਮੌਕਾ ਤੁਹਾਨੂੰ ਮਿਲੇਗਾ ਐਕਸਪਲੋਰ ਕਰਨ ਦਾ ਆਪਣੇ ਆਪ ਨੂੰ ਔਰ ਉਹਨਾਂ ਜਿਹੜੇ ਇਮੀਗ੍ਰੇਸ਼ਨ ਵਾਲੇ, ਜਿਹੜੇ ਮਾਈਗ੍ਰੇਸ਼ਨ ਵਾਲੇ ਬੱਚੇ ਹੈ, ਜਿਨ੍ਹਾਂ ਦੀਆਂ ਪ੍ਰੋਬਲਮ ਸੀ, ਤੁਸੀਂ ਉਹ ਸਾਰੇ ਬੱਚਿਆਂ ਨੂੰ ਸੁਣਿਆ ਵੀ ਹੈ ਕਿ ਕਿੱਦਾਂ ਉਹ ਪ੍ਰੋਬਲਮ ਫੇਸ ਕਰਦੇ ਹੈ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਕਰੈਕਟਰ ਬਿਲਡ ਦੀ ਗੱਲ ਕਰੀਏ ਤਾਂ। ਸੋ ਮੇਰੀ ਇਹ ਵਾਲੀ ਕਾਨਫਰੰਸ ਜਿਹੜੀ ਸੀ, ਇਹ ਪਹਿਲੀ ਕਾਨਫਰੰਸ ਮੈਂ ਅਟੈਂਡ ਕੀਤੀ ਹੈ। ਉਹ ਤੋਂ ਪਹਿਲਾਂ ਮੈਂ ਕੋਈ ਕਾਨਫਰੰਸ ਇੰਡੀਆ ਨਹੀਂ ਅਟੈਂਡ ਕੀਤੀ। ਸੋ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਜਿੰਨੇ ਵੀ ਆਏ ਸੀ ਕੱਲ੍ਹ, ਉਹਨਾਂ ਨੇ ਆਪਣੇ ਸਾਰੇ ਵਿਚਾਰ ਸਾਂਝੇ ਕੀਤੇ ਆ ਕਿ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਇੱਥੇ ਆ ਕੇ। ਸੋ ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਆਈ ਸੀ ਜਦੋਂ ਇੰਡੀਆ ਤੋਂ। ਸੋ ਮੈਂ ਇੱਥੇ ਆ ਕੇ ਬਹੁਤ ਮੈਂ ਨਹੀਂ ਕੋਈ ਪ੍ਰੋਬਲਮ ਇੱਥੇ ਆ ਕੇ ਫੇਸ ਕੀਤੀ ਬਾਈ ਲੱਕ। ਸੋ ਉਹਨਾਂ ਨੇ ਆਪਣੀਆਂ ਪ੍ਰੋਬਲਮਸ ਸਾਂਝੀਆਂ ਕੀਤੀਆਂ। ਸੋ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਸੁਧਾਰ ਹੋਊਗਾ ਉਹ ਪ੍ਰੋਬਲਮਸ ਵਿੱਚ। ਸੋ ਇਹ ਕਾਨਫਰੰਸ ਦੇ ਥਰੂ ਸਾਨੂੰ ਆਪਣੇ ਇਸ ਫਿਊਚਰ ਬਾਰੇ ਵੀ ਬਹੁਤ ਨੌਲੇਜ ਮਿਲੀ ਆ, ਸਾਨੂੰ ਆਪਣੇ ਬਜ਼ੁਰਗਾਂ ਤੋਂ ਐਂਡ ਵਿਦਵਾਨਾਂ ਤੋਂ ਸੁਣ ਕੇ ਥੋੜ੍ਹਾ ਪੰਜਾਬੀ ਨੂੰ ਕਿੱਦਾਂ ਪ੍ਰਮੋਟ ਕਰਨਾ, ਕਿੱਦਾਂ ਸੰਭਾਲ ਕੇ ਰੱਖਣੀ, ਉਹ ਸਾਰੀ ਨੌਲੇਜ ਮਿਲੀ ਆ। ਥੈਂਕ ਯੂ ਸਰ। ਇੱਕ ਜਿਹੜੀ ਪੰਜਾਬੀ ਦੀ ਕਾਨਫਰੰਸ, ਮੈਂ ਕਹਾਂਗਾ ਕਿ ਜੇ ਅਸੀਂ ਕਹੀਏ ਵੀ KG ਤੋਂ ਲੈ ਕੇ PG ਤੱਕ ਦੇ ਲੋਕਾਂ ਦਾ ਰਹੀ ਔਰ ਡਾਕਟਰ ਦਲਬੀਰ ਸਿੰਘ ਕਥੂਰੀਆ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਅਤੇ ਉਹਨਾਂ ਦੇ ਸਦਕਾ ਇਹ ਕਾਨਫਰੰਸਾਂ ਹੋਈਆਂ ਅਤੇ ਨਾਲ ਹੀ ਜੂਨ ਦੇ ਵਿੱਚ ਇਹ ਕਾਨਫਰੰਸ, ਵੱਡੀ ਕਾਨਫਰੰਸ ਹੋਣ ਜਾ ਰਹੀ ਹੈ ਅਤੇ ਇਸ ਤੋਂ ਵੀ ਵੱਡੀ ਗੱਲ, ਜੇ ਬ੍ਰੈਂਪਟਨ ਦੇ ਵਿੱਚ ਤੁਸੀਂ ਰਹਿੰਦੇ ਹੋ, ਕੈਨੇਡਾ ਦੇ ਵਿੱਚ ਰਹਿੰਦੇ ਹੋ, ਤਾਂ ਕੋਈ ਕਾਨਫਰੰਸ ਕਰਾਉਣੀ ਚਾਹੁੰਦੇ ਹੋ, ਕੋਈ ਐਕਟੀਵਿਟੀਜ਼ ਕਰਾਉਣਾ ਚਾਹੁੰਦੇ ਹੋ, ਤਾਂ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਇਹ ਜਿਹੜਾ ਹਾਲ ਹੈ ਤੁਹਾਡੇ ਲਈ ਖੋਲ੍ਹ ਦਿੱਤਾ। ਤੁਹਾਡੇ ਬੱਚੇ ਇੱਥੇ ਕੀਰਤਨ, ਤਪਲਾ, ਯੋਗਾ, ਪੰਜਾਬੀ ਕਲਾਸਿਸ ਸਿੱਖ ਸਕਦੇ ਨੇ ਵਿਦਾਊਟ ਐਨੀ ਫੀਸ, ਵਿਦਾਊਟ ਐਨੀ ਕੋਸਟ। ਸੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਸਲਾਮ ਕਰਨਾ ਬਣਦਾ ਹੈ। ਦਿਲ ਦੇ ਅਮੀਰ ਬਹੁਤ ਦੇਖੇ ਨੇ ਔਰ ਪੈਸੇ ਦੇ ਅਮੀਰ ਬਹੁਤ ਦੇਖੇ ਨੇ ਔਰ ਦੋਨੇ ਪਾਸਿਓਂ ਅਮੀਰ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਨੇ ਔਰ ਇਹਨਾਂ ਸ਼ਖਸੀਅਤਾਂ ਸਦਕਾ ਹੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਉਹ ਸ਼ੁਭਦੇ ਨੇ। ਸੋ ਮੈਨੂੰ ਇਹ ਸਾਹਸ ਨਾਲ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ TV।